ਸਾਤਰੀય ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰਾ لال ਗਰਕ موجوده ਸਵਾਗਤ ਹੈ ਤੁਹਾਡਾ ਗਰਕ ਸਾਹਿਬ ਸ਼ੁਕਰੀਆ ਜੀ ਬਹੁਤ ਤਹਿਦਾ ਚਰਚਾ ਹੋਣੀ ਚਾਹੀਦੀ ਆ ਕਿ ਨੈਸ਼ਨਲ ਪੱਧਰ ਦੇ ਉੱਤੇ ਜਾਂ ਕਹਿ ਲਵੋ ਕਿ ਕੇਂਦਰੀ ਸਿਆਸਤ ਦੇ ਵਿੱਚ ਜਿਹਦਾ ਬੋਲਬਾਲਾ ਆ ਉਹ ਹੈ ਧਰਮ ਤੇ ਆਧਾਰਿਤ ਸਿਆਸਤ 2024 ਦੇ ਇਲੈਕਸ਼ਨ ਨੇੜੇ ਆ ਅਕਸਰ ਅਸੀਂ ਕਹਿੰਨੇ ਆ ਮੈਂ ਦੇਖ ਰਿਹਾ ਕਿ ਕੁਝ ਜਿਹੜੇ ਹਿੰਦੀ 벨ਟ ਦੇ ਚੈਨਲ ਨੇ ਵੱਡੇ ਨਾਮ ਨੇ ਜਿਨਾਮ ਨਾਂ ਵੀ ਲਈਏ ਤਾਂ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਉਹ ਜ਼ਿਕਰ ਕਰ ਰਹੇ ਨੇ ਕਿ ਹਰਾ ਹਟਾਓ ਭਗਵਾ ਲਿਆਓ ਹਰਾ ਕਿਦੇ ਨਾਲ ਸੰਬੰਧਿਤ ਹੈ ਉੱਤਰਾਖੰਡ ਦੀ ਰਿਪੋਰਟ ਆ ਰਹੀ ਹੈ ਕਿ ਹਜ਼ਾਰਾਂ ਮਜਾਰਾ ਜਿਹੜੀਆਂ ਨੇ ਉਹ ਸਰਕਾਰੀ ਜਗ੍ਹਾ ਦੇ ਉੱਤੇ ਜਾਂ ਅਵੈਧ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਈਆਂ ਗਈਆਂ ਇੱਕ ਅੱਲਾ ਉੱਤਰਾਖੰਡ ਦੇ ਵਿੱਚ ਨਹੀਂ ਹੋ ਸਕਦਾ ਪੂਰੇ ਦੇਸ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿਸ ਢੰਗ ਨਾਲ ਬਣਿਆ ਜਾਂ ਨਜਾਇਜ਼ ਜਿਹੜੇ ਧਰਮ ਤੇ ਆਧਾਰਿਤ ਕੋਈ ਵੀ ਮੰਦਿਰ ਜਾਂ ਗੁਰਦੁਆਰਾ ਕੋਈ ਵੀ ਬਣਾ ਲੈਂਦਾ ਆ 2009 ਦੇ ਫੈਸਲੇ ਨੂੰ ਕੋਟ ਕੀਤਾ ਜਾ ਰਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਜਿਹੜੇ ਨਜਾਇਜ਼ ਕਬਜ਼ੇ ਨੂੰ ਉਹਨਾਂ ਨੂੰ ਹਟਾਉਣਾ ਚਾਹੀਦਾ ਪਰ ਇਹ ਇੱਕ ਤਰਫਾ ਕਾਰਵਾਈ ਕਿ ਹਰਾ ਹਟਾਓ ਭਗਵਾ ਲਿਆਓ ਇਹ ਬੋਲ ਬਾਲਾ ਸੁਣਨ ਨੂੰ ਮਿਲ ਰਿਹਾ ਦੂਜਾ ਇਹ ਆ ਕਿ NCERT ਦੀਆਂ ਕਿਤਾਬਾਂ ਦੇ ਵਿੱਚ ਜਿਹੜਾ ਸਿਲੇਬਸ ਦੇ ਵਿੱਚ ਬਦਲਾਅ ਕੀਤਾ ਗਿਆ ਚੈਪਟਰ ਹਟਾ ਦਿੱਤੇ ਗਏ ਨੇ ਕਦੋਂ ਤੱਕ ਇਤਿਹਾਸ ਨੂੰ ਮਿਟਾਇਆ ਜਾ ਰਿਹਾ ਜਾਂ ਫਿਰ ਇਹਨੂੰ ਇਤਿਹਾਸ ਕਿੰਨੇ ਬਣਾਇਆ ਉਹਦੇ ਉੱਤੇ ਕਿਉਂ ਨਹੀਂ ਚਰਚਾ ਹੁੰਦੀ ਕਿ ਅਸੀਂ ਉਹ ਤੋਂ ਕੁਝ ਸਿੱਖਣ ਦੀ ਬਜਾਏ ਅਸੀਂ ਨਾਮ ਹਟਾ ਦਿੰਨੇ ਆ ਕਿਸੇ ਸ਼ਹਿਰ ਦਾ ਨਾਮ ਹਟਾ ਦਿੱਤਾ ਪਰ ਉਹਦਾ ਇਤਿਹਾਸ ਨਹੀਂ ਮਿਟਾਇਆ ਜਾ ਸਕਦਾ ਉਹ ਗੱਲ ਵੱਖਰੀ ਹੈ ਕਿ ਚੈਪਟਰ ਤੋਂ ਹਟਾ ਦਿੱਤੇ ਪਰ ਇਹਦੇ ਪਿੱਛੇ ਸਿਆਸਤ ਕੀ ਆ ਇਦੇ ਪਿੱਛੇ ਕੀ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਐਨਸੀਆਰਟੀ ਦੇ ਉਸ ਸਿਲੇਬਸ ਦੀ ਉਸ ਕਿਤਾਬ ਨੂੰ ਲੈ ਕੇ ਸਵਾਲ ਚੁੱਕਦੀ ਹੈ ਜਿਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਹੈ ਉਹ ਕਹਿੰਦੇ ਕਿ ਸਿੱਖਾਂ ਨੂੰ ਵੱਖਵਾਦੀ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਇਹ ਕਿਉਂ ਕੀਤਾ ਜਾ ਰਿਹਾ ਇਹ ਵੀ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਐਨਸੀਆਰਟੀ ਦੀਆਂ ਕਿਤਾਬਾਂ 'ਚੋਂ ਗੁਜਰਾਤ ਦੰਗਿਆਂ ਨੂੰ ਲੈ ਕੇ ਜਾਫਰ ਜਿਹੜੇ ਪੁਰਾਣੇ ਜਿਹੜੇ ਮੁਗਲ ਸੀਗੇ ਉਹਨਾਂ ਦੇ ਰਾਜ ਨੂੰ ਲੈ ਕੇ ਉਹ ਕੁਝ ਹਟਾਇਆ ਗਿਆ 1984 ਦਾ ਜ਼ਿਕਰ ਕਿਉਂ ਰਹਿਣ ਦਿੱਤਾ ਗਿਆ ਇਹ ਆਪਣੇ ਆਪ ਚਰਚਾ ਮੰਗਦਾ ਮੈਂ ਚਾਹਾਂਗਾ ਕਿ ਡਾਕਟਰ ਸਾਹਿਬ ਆਪਾਂ ਇੱਥੋਂ ਹੀ ਸ਼ੁਰੂ ਕਰੀਏ ਕਿ NCERT ਨੇ ਜਿਹਹੁਣੋ ਕਹਿ ਤਾਂ ਰਹੇ ਨੇ ਕਿ ਇਹ ਜਿਹੜਾ ਆ ਇਹਨੂੰ ਉਸ ਨਜ਼ਰੀਏ ਦੇ ਨਾਲ ਨਾ ਦੇਖਿਆ ਜਾਵੇ ਉਹਨਾਂ ਦਾ ਬਿਆਨ ਮੈਂ ਇੱਥੇ ਕੋਟ ਕਰ ਦਿੰਦਾ ਜੋ NCERT ਵੱਲੋਂ ਕਿਹਾ ਗਿਆ ਉਹ ਕਹਿੰਦੇ ਨੇ ਕਿ ਅਣਜਾਣੇ ਦੇ ਵਿੱਚ ਹੋਈ ਭੁੱਲ ਸੰਦਰਭ ਤੋਂ ਹਟ ਕੇ ਨਾ ਦੇਖਿਆ ਜਾਵੇ। ਇਹ ਐਨਸੀਆਰਟੀ ਦੇ ਮੁਖੀ ਦਿਨੇਸ਼ ਸਕਲਾਨੀ ਨੇ ਕਿਹਾ। ਸ਼ੁਰੂਆਤ ਕਰੀਏ। ਦੇਖੋ ਸਿਕੰਦਰ ਜੀ ਇਹ ਮੁਖੀ ਸਾਹਿਬ ਨੇ ਕਹਿਤਾ ਵੀ ਅਣਜਾਣੇ ਚ ਹੋਈ ਭੁੱਲ ਕੀ ਉਹ ਭੁੱਲ ਠੀਕ ਕਰੀ? ਅਣਜਾਣੇ ਚ ਮਨ ਰੋਂ ਅਣਜਾਣੇ ਚ ਹੋ ਗਈ। ਫਿਰ ਉਹਨੂੰ ਠੀਕ ਕਰ ਦੇਣਾ ਸਹੀ ਤਾਂ ਸੀ। ਠੀਕ ਤਾਂ ਕਰਨ ਦੀ ਗੱਲ ਨਹੀਂ ਕਰੀ। ਭੁੱਲ ਮੰਨ ਲਈ ਅਣਜਾਣੇ ਚ ਹੋਈ ਕਹਿਤਾ। ਕਿਉਂਕਿ ਇਹਦੋਂ ਅੱਗੇ ਨਹੀਂ ਵੱਧ ਸਕਦੇ ਇਹ ਨਹੀਂ ਕਹਿ ਸਕਦੇ ਜਾਣ ਕੇ ਕਰੀਏ ਪਰ ਉਹ ਤਾਂ ਕਾਇਮ ਤਾਂ ਉੱਥੇ ਰਹੀ ਨਾ ਕਹਿਣਾ ਪੈਂਚਾਂ ਦਾ ਕਹਿਣਾ ਸਿਦਮਤ ਤੇ ਪ੍ਰਣਾਲਾ ਥੈਂਦੀ ਥੈਂ ਇੱਕ ਤਾਂ ਇਹ ਗੱਲ ਹੈ ਹੁਣ ਦੂਜੀ ਗੱਲ ਜਿਹੜਾ ਕਿਹਾ ਜਾ ਰਿਹਾ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਨਫ਼ਰਤ ਨਹੀਂ ਫਲਾਉਣੀ ਜਿਹੜੇ ਸ਼ਬਦ ਨਫ਼ਰਤ ਦੇਣ ਉਹਨਾਂ ਦੇ ਉੱਤੇ ਯੂਪੀਏ ਤੱਕ ਲਾਇਆ ਜਾਂਦਾ ਹੈ ਜਦ ਕਹਿੰਦੇ ਨੇ ਵੀ ਹਰਾ ਹਟਾਓ ਤੇ ਭਗਵਾਨ ਲਿਆਓ ਇਹ ਨਫ਼ਰਤ ਫਲਾਉਣ ਤੋਂ ਵੱਡੀ ਗੱਲ ਹੋ ਇਦੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਤੀਜੀ ਗੱਲ ਜਾਦੇ ਕਹਿੰਦੇ ਨੇ ਕਿ ਜੀ ਤੁਸੀਂ ਜਿਵੇਂ ਕੋ ਕਿਹਾ ਵੀ ਹੈ ਵੀ ਜੇ ਕਿੰਨੀ ਮਜਾਰਾਂ ਬਣੀਆਂ ਬਣੀਆਂ ਨੇ ਇੱਥੇ ਕੋਈ ਸ਼ੱਕ ਹੀ ਨਹੀਂ ਹੈ ਕਿੰਨੇ ਹੀ ਗੁਰਦੁਆਰੇ ਬਣੇ ਨੇ ਕਿੰਨੇ ਮੰਦਰ ਬਣੇ ਨੇ ਆ 17 ਸੈਕਟਰ ਦੇ ਵਿੱਚ ਬੱਸ ਸਟੈਂਡ ਦੇ ਬਾਹਰ ਸ਼ਿਵ ਜੀ ਦਾ ਉਹਨਾਂ ਨੇ ਬਣਾ ਰੱਖਿਆ ਫਿਰ ਕੋ ਦਵਾਰ ਦੇ ਉੱਤੇ ਪਿੱਪਗੇ ਦੇ ਨਾਲ ਫੋੜਦਾ ਉਹ ਫਿਰ ਵੱਡਾ ਵਕਰੀਗਾ ਕਰੀਗਾ ਫਿਰ ਉਹ ਹੁੰਦਾ ਕਰ ਲੈਣ ਕੀ ਕਰਨਾ ਇੱਕ ਜਗ੍ਹਾ ਤੇ ਨਹੀਂ ਆ ਰਾਜਪੁਰੇ ਤੋਂ ਜ਼ਿਆਦਾ ਬਨੂੜ ਤੋਂ ਜਦ ਅਸੀਂ ਨਿਕਲਦੇ ਆ ਉਹਦੇ ਵਿਚਾਲੇ ਇੱਕ ਬਣਿਆ ਹੋਇਆ ਉਹ ਨਈ ਸੜਕ ਪੁੱਟ ਬਣਿਆ ਹੋਇਆ ਉਦਾਂ ਹੀ ਰੋਕੋ ਬਿੰਗਾ ਟੇਡਾ ਹੋ ਕੇ ਨਿਕਲਦੇ ਨੇ ਫਿਰ ਉਹ ਹਟਾ ਲੈਂਦੇ ਸੋ ਇਹ ਗੱਲਾਂ ਜਿਹੜੀਆਂ ਨੇ ਜਦ ਤੁਸੀਂ ਦੂਜੇ ਧਰਨ ਤੇ ਜਦ ਤੁਸੀਂ ਸਾਰਿਆਂ ਨੂੰ ਸਾਡਾ ਇਹ ਸੰਵਿਧਾਨ ਕਹਿੰਦੇ ਵੀ ਸਾਰੇ ਬਰਾਬਰ ਤੁਸੀਂ ਹਰੇਕ ਨੂੰ ਬਰਾਬਰ ਇੱਜ਼ਤ ਦਿਓ ਨਾ ਨਜਾਇਜ਼ ਕਬਜ਼ੇ ਹਟਾਉਣਾ ਨੇ ਸਭ ਦੇ ਹਟਾ ਦੋ ਆ ਗੁਰਦੁਆਰੇ ਦੁੱਖ ਨਿਵਾਰਨਾ ਮੈਂ ਇੱਥੇ ਮੈਡੀਕਲ ਕਾਲਜ ਪੜ੍ਹਦਾ ਸੀ ਉਦੋਂ ਉਹ ਸੜਕ ਜਮਾ ਗੇਟ ਦੇ ਅੱਗੋਂ ਦੀ ਜਾਂਦੀ ਸੀ ਗੁਰਦੁਆਰਾ ਸਾਹਿਬ ਦੇ ਹੁਣ ਉਹ ਗੇਟ ਦੀ ਉਹ ਸੜਕ ਤਾਂ ਬੰਦੀ ਕਰਤੀ ਅੱਗੇ ਪਾਰਕ ਦੀ ਨਾਲ ਵਾਲਾ ਗੁਰਦੁਆਰੇ ਦੇ ਹੁਣ ਉਹ ਸੜਕ ਦੂਜੇ ਪਾਸੇ ਦੀ ਹੋ ਗਈ। ਪਾਸੇ ਰੋਡ ਨੂੰ ਸਾਹਮਣੇ ਨੂੰ ਪੈਂਦੀ ਆ। ਇਹ ਕਮਜ ਨਹੀਂ ਆ। ਕਿਉਂ ਕਿਉਂਕਿ ਉਹ ਗੁਰਦਾਰੇ ਦਾ। ਕੋਈ ਮੰਦਰ ਦਾ ਹੈ। ਸੋ ਇਸ ਕਰਕੇ ਇੰਨਾ ਗੱਲਾਂ ਤੇ ਆ ਕੱਲ ਦੇ ਦਾ ਬੰਦਾ ਦੇਖੋ ਪਟਿਆਲੇ ਦੀ ਕਿੰਨਾ ਵੱੰਨਾ ਕਿੰਨਾ ਵਧਾਇਆ। ਸੋ ਇਹ ਜਿਹੜੀਆਂ ਗੱਲਾਂ ਨੇ ਵੀ ਜੇ ਤਾਂ ਅਸੀਂ ਕਰਦੇ ਆ। ਜੇ Hindu ਕਰਦੇ ਆ ਫੇਰ ਠੀਕ ਹੈ। ਜੇ ਪੰਜਾਬ ਦੇ ਸਿੱਖ ਕਰਦੇ ਨੇ ਫੇਰ ਠੀਕ ਹੈ ਜਿਉਂ ਨਾ ਮਰਜ਼ੀ ਜਿੱਥੇ ਮਰਜ਼ੀ ਗੁਰਦੁਆਰਾ ਬਣਾ ਲਿਆ ਜਿੱਥੇ ਮਰਜ਼ੀ ਨਿਸ਼ਾਨ ਸਾਹਿਬ ਕੱਢ ਲਿਆ ਫੇਰ ਤਾਂ ਠੀਕ ਹੈ ਜੇ ਕਿਸੇ ਦੂਜੇ ਧਰਮ ਦੇ ਨੇ ਕੱਢ ਲਿਆ ਉਹਨੂੰ ਕਹੋ ਵੀ ਇਹ ਤਾਂ ਜੀ ਸਾਡੇ ਨਾਲ ਇਹ ਤਾਂ ਜਗ੍ਹਾ ਦਾ ਕਬਜਾ ਕਰਦੇ ਨੇ ਕਬਜੇ ਨਜਾਇਜ਼ ਨੇ ਧਰਮ ਦੇ ਨਾਂ ਦੇ ਉੱਤੇ ਕਬਜੇ ਨਜਾਇਜ਼ ਨੇ ਚਾਹੇ ਉਹ ਇਹ ਧਰਮ ਹੋਵੇ ਚਾਹੇ 20 ਹੋਵੇ ਸਭ ਦੇ ਨਜਾਇਜ਼ ਕਬਜੇ ਹਟਾਉਣੇ ਚਾਹੀਦੇ ਨੇ ਜੀ ਨੂੰ ਤੁਸੀਂ ਧਾਰਮਿਕ ਜਗ੍ਹਾ ਦੇਣੀ ਆ ਜਾਂ ਆਪਦੀ ਮੋਡਲ ਲੈਣ ਜਾਂ ਸਰਕਾਰ ਇੱਕ ਨੀਤੀ ਬਣਾ ਕੇ ਦੇਵੇ ਸਸਤੀ ਦੇਵੇ ਉਲਟ ਕਰੇ ਜੋ ਕਰਨਾ ਕਰੇ ਪਰ ਨੀਤੀ ਕੋ ਜਦ ਨੀਤੀ ਤੋੜਿਆ ਇਸ ਨਹੀਂ ਇਸੇ ਤਰ੍ਹਾਂ ਪੜਾਉਣ ਦੇ ਵਿੱਚ ਹੁਣ ਤੁਸੀਂ ਸਿਲੇਬਸ ਦੀ ਗੱਲ ਕਰੀ ਐ ਪਾਠ ਕਰਨ ਦੀ ਗੱਲ ਕਰੀ ਐ ਇਹ ਕੋ ਅੱਜ ਦੀ ਗੱਲ ਹੈ ਕਰੋਨਾ ਦੇ ਨਾਂ ਤੇ ਪਾਠਕ੍ਰਮ ਰਾਇਆ ਗਿਆ ਤੁਰੇ ਕਿਸ ਕਰਤੇ ਨੇ ਕੱਲ ਹੀ ਮੈਂ ਸੱਚੇ ਮੁੱਚੇ ਕੱਲ ਆ ਰਿਹਾ ਸੀ ਇੱਥੇ ਗਊਸ਼ਾਲਾ 45 ਦੇ ਕੋਰਨਰ ਤੇ 44 45 ਦੀ ਬਾਈਟਾਂ ਦੇ ਕੋਲ ਉਹ ਗਊਸ਼ਾਲਾ ਦਾ ਰੰਗ ਭਗਵਾ ਕਰਿਆ ਹੋਇਆ ਮੈਂ ਇੱਕ ਪਹਿਲੀ ਵਾਰੀ ਦੇਖਿਆ ਵੀ ਉੱਥੇ ਭਗਵਾ ਸਾਰੀਆਂ ਦੁਵਾਰਾਂ ਭਗਵੀਆਂ ਹੁਣ ਹਰ ਗੱਲ ਦੇ ਉੱਤੇ ਭਗਵਾ ਭਗਵਾ ਕਰਨ ਦਾ ਮਤਲਬ ਇਹ ਕੱਲਾ ਇਹ ਹੀ ਨਹੀਂ ਹੈ ਵੀ ਕੋਈ ਰਾਂਗਲ ਫੇਰਿਆ ਜਾ ਰਿਹਾ ਹੈ ਭਗਵਾ ਕਰਨਾ ਮਤਲਬ ਇਹ ਹੈ ਦੇਸ਼ ਦੇ ਵਿੱਚੋਂ ਬਾਕੀ ਸਭ ਨੂੰ ਮਿਟਾ ਦੇਣਾ ਇਹ ਕਹਿੰਦੇ ਨੇ ਵੱਖਵਾਦੀ ਨੇ ਅਨੰਦਪੁਰ ਦਾ ਮਤੇ ਨੂੰ ਵੱਖਵਾਦੀ ਕਹਿੰਦੇ ਨੇ ਮੈਂ ਕਹਿੰਦਾ ਇਹ ਵੱਖਵਾਦ ਪਹਿਲਾਂ ਕਰ ਰਹੇ ਨਹੀਂ ਜਦ ਤੁਸੀਂ ਸਾਰਿਆਂ ਨੂੰ ਕਹੋਗੇ ਭਗਵੇਂ ਬਣੋ ਕਿਉਂ ਬਣਨਗੇ ਭਗਵੇਂ ਸਾਰੇ ਇਹ ਗੱਲ ਵੱਖਰੀ ਹੈ ਕਈ ਸਿੱਖਾਂ ਨੇ ਵੀ ਪੜ੍ਹ ਲਈ ਆਪਣੇ ਪੰਗਾਂ ਬਣਨੇ ਸ਼ੁਰੂ ਕਰਤੀਆਂ ਹੁਣ ਤਾਂ ਸਿੱਖਾਂ ਦਾ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਸੀ ਉਹ ਵੀ ਭਗਵੇਂ ਰੰਗ ਰੂਪ ਦੇ ਵਿੱਚ ਜਾਨ ਲੱਗ ਗਿਆ ਹੜੇ ਹੋਲੀ ਕਿਉਂਕਿ ਉਹ ਆਦਤ ਉਹ ਹੀ ਜਿਮਨ ਦੀ ਉਹ ਹੀ ਰੰਗ ਕੋ ਕ ਪੇਂਟਰ ਪ੍ਰਿੰਟਰ ਕੌਣ ਨੇ ਪ੍ਰਿੰਟਰ ਤਾਂ ਬਹੁਤੇ ਸਿੱਖ ਪ੍ਰਿੰਟਰ ਤਾਂ ਹੈ ਨਹੀਂ ਉਹਨੇ ਤੇ ਉਹ ਉਹਨਾਂ ਨੇ ਉਹੀ ਰੰਗ ਬਣਾਏ ਹੋਏ ਨੇ ਉਹੀ ਕਰ ਦਿੰਦੇ ਨੇ ਜਿਹੜੇ ਨਵੇਂ ਮੁੰਡੇ ਡੜਕੇ ਡੱਖੀ ਆ ਜਾਂਦੇ ਨੇ ਨਵੇਂ ਬੰਦੇ ਆਉਂਦੇ ਨੇ ਉਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ ਵੀ ਰੰਗ ਦਾ ਕੀ ਮਹੱਤਵ ਹੈ ਉਹ ਚੱਕ ਉੱਦੇ ਰਹ ਜਾਂਦੇ ਨੇ ਆਪੀ ਭਗਵਾ ਹੋਈ ਜਾਂਦਾ ਇੱਕ ਹੁੰਦਾ ਹੈ ਵੀ ਤੁਸੀਂ ਹੌਲੀ ਹੌਲੀ ਥਿਲ-ਥਿਲ ਕਰਕੇ ਆਪੀ ਮਰੀ ਜਾਵੇ ਇਹ ਬਾਕੀ ਧਰਮਾਂ ਨੂੰ ਥਿਲ-ਥਿਲ ਕਰਕੇ ਪਹਿਲਾਂ ਧਮਾ ਰਹੇ ਨੇ ਹੁਣ ਧੱਕੇ ਨਾਲ ਵੀ ਮਾਰ ਰਹੇ ਨੇ ਇਹ ਇਤਿਹਾਸਿਕ ਤੌਰ 'ਤੇ ਧਰਮਾਂ 'ਚ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਇਤਿਹਾਸ ਹੀ ਨਹੀਂ ਬਾਕੀ ਜਗ੍ਹਾ ਤੇ ਵੀ ਜਿੰਨੇ ਨਾਵਲ ਜਿੰਨੀਆਂ ਕਹਾਣੀਆਂ ਜਿੰਨਾ ਇਤਿਹਾਸ ਜਿੰਨਾ ਸਮਾਜ ਸ਼ਾਸਤਰ ਜਿੰਨਾ ਰਾਜਨੀਤੀ ਸ਼ਾਸਤਰ ਜਿੰਨਾ ਫਲਸਫਾ ਦਰਸ਼ਨ ਸ਼ਾਸਤਰ ਇਹਨਾਂ ਸਾਰਿਆਂ 'ਚ ਜਿੱਥੇ ਵੀ ਕੋਈ ਗੱਲ ਕਰਮ ਕਾਂਡ ਦੇ ਖਿਲਾਫ ਵਿਗਿਆਨਕ ਸੋਚ ਦੇ ਹੱਕ 'ਚ ਖੋਜ ਦੇ ਆਧਾਰ 'ਤੇ ਜਿਹੜਾ ब्राह्मणवादी ब्राह्मनिक सोच ਉਹਦੇ ਖਲਾ ਆਉਂਦੀ ਹੈ ਉਸ ਨੂੰ ਇਹ ਹਟਾ ਰਹੇ ਨੇ ਤੇ ਵਿਗਿਆਨਕ ਸੋਚ ਨੂੰ ਖਤਮ ਕਰ ਰਹੇ ਨੇ ਮੂੜ ਕੇ ਹੋਈ ਕੁਝ ਪਾ ਰਹੇ ਨੇ ਡਾਕਟਰੀ ਚ ਵੀ ਹੋਈ ਕੁਝ ਪਾਉਣ ਦਤੇ ਔਰ ਉਹ ਇੱਕ ਸਰਕਾਰ ਨਹੀਂ ਇੱਕ ਹੋਵੇ ਦੂਜੀ ਹੋਵੇ ਸਭ ਇਹੀ ਕੁਝ ਕਰ ਰਹੇ ਨੇ ਕਿਉਂਕਿ ਕੇਂਦਰ ਦਾ ਜੱਫਾ ਹੈ এডੂਕੇਸ਼ਨ ਤੇ ਪਾਸ਼ਾ ਦੇ ਮਾਮਲੇ ਦੇ ਵਿੱਚ ਵੀ ਸੰਸਕ੍ਰਿਤ ਇੱਕ ਕਿਸਮ ਦੀ ਜ਼ਰੂਰੀ ਕਰੀ ਗਿਆ ਕਲਾਸੀਕਲ ਪਾਸਾ ਵੰਦੇ ਨਾ ਤੇ ਸੋ ਮੇਰਾ ਕਹਿਣ ਦਾ ਸਿਰਫ ਇਨਾ ਮਤਲਬ ਹੈ ਦੇ ਚ ਬਈ ਕਈ ਨਾ 1 ਲੱਖ ਤੋਂ ਰੋੜਾ ਨਾ ਪੈਣ ਦੇਣਾ ਇਹ ਇੱਕ ਸਿਆਸਤ ਹੁੰਦੀ ਹੈ ਇਹ ਕੋਈ ਆਇ ਨਹੀਂ ਆ ਵੀ ਉਹ ਅੰਦਰੋਂ ਇਹਨਾਂ ਨੇ ਮੰਨ ਲਈ ਆ ਵੀ ਗਲਤੀ ਆ ਜਾਂ ਸੱਚੀ ਮੁੱਚੀ ਉਹ ਗਲਤੀ ਦੂਰ ਕਰਨੀ ਉਹ ਨਹੀਂ ਕਰਦੇ ਅਹੋਨੀਤ ਉਸ ਇਤਿਹਾਸ ਦੀਆਂ ਕਿਤਾਬਾਂ ਦੀ ਗੱਲ ਕਰ ਰਿਹਾ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੀ ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਉਹਦੀ ਗੱਲ ਕਰੀ ਜਾਂਦੇ ਨੇ ਜਿਹੜੀਆਂ ਬਾਅਦ ਵਿੱਚ ਕਿਤਾਬਾਂ ਪੜਾਈਆਂ ਉਹਦੀ ਤਕਲੀ ਨਹੀਂ ਕਰਦੇ ਜਿਹੜਾ ਕੋਈ ਉਹਦੇ ਬਾਰੇ ਬੋਲਦਾ ਵੀ ਗੁਰਵਾਨੀ ਕਿਉਂ ਉਹ ਕਹਿੰਦੇ ਵੀ ਇਹ ਤਾਂ ਧੱਕਾ ਹੀ ਆ ਇਹ ਤਾਂ ਸੌਖਾ ਹੀ ਕੰਮ ਹੈ ਤੁਸੀਂ ਤਖਤ ਦੇ ਉੱਤੇ ਬਹਿ ਜਾਓ ਤੇ ਤੁਸੀਂ ਤੁਹਾਡੇ ਕੋਲ ਪਾਵਰ ਹੈ ਤੁਸੀਂ ਜਿੰਨੂੰ ਮਰਜ਼ੀ ਕਰਈਆ ਕਹਤੋ ਫਿਰ ਹਮੇਸ਼ਾ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੁਸੀਂ ਨਿਆਂ ਕਰਨ ਦੀ ਸੀਟ ਤੇ ਬੈਠਦੇ ਦੇ ਵਨਿਆ ਕਰਨਾ ਹੋਏਗਾ ਜੇ ਨਿਆਂ ਨਹੀਂ ਕਰੋਗੇ ਫਿਰ ਗੱਡੀ ਡਕੇ ਜੇ ਹੱਕ ਗਵਾਓਗੇ ਜੇ ਫਿਰ ਕਹਾਣੀਆਂ ਸੁਣਾ ਕੇ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਮਸਲਾ ਹੱਲ ਨਹੀਂ ਹੋਣਾ ਐਨਸੀਆਰਟੀ ਦੇ ਸੇਵਸ ਦੇ ਵਿੱਚ ਜਿਨ੍ਹਾਂ ਜਾਦੀ ਦੀ ਲੜਾਈ ਨਾਲ ਜਿਨ੍ਹਾਂ ਲੋਕਾਂ ਦੀਆਂ ਕੁਰਬਾਨੀਆਂ ਨੇ ਇਹਨਾਂ ਨੂੰ ਪੁੱਛੋ ਪੰਜਾਬ ਦੇ ਚਾਸ ਦੇ ਵਿੱਚ ਬਬਰ ਕਲਿਆਂ ਦੇ ਤੇ ਸੁਪਾਇਆ ਕਰੇ ਗਦਰੀ ਬਾਬੰਦਰ ਤੇ ਸੁਪਾਇਆ ਕਰੇ ਤੁਸੀਂ ਮੰਨੋਗੇ ਆਰਐਸਐਸ ਦਾ ਬੰਦਾ ਉਹਦਾ ਮੁਖੀ ਸੀ ਕਾਂਗਰਸੀ ਸਰਕਾਰ ਅਕਾਲੀ ਸਰਕਾਰ ਵੇਲੇ ਉਹ ਕਮੇਟੀ ਬਣੀ ਸੀ 2014 ਚ ਤੇ 2018 ਚ ਕਿ 2017 ਚ ਉਹ ਇਤਿਹਾਸ ਫਾਈਨਲ ਕਰਿਆ ਗਿਆ ਬਾਦਮੀ ਦਾ ਜਿਹੜਾ ਇਤਿਹਾਸ ਮੈਂ ਗੱਲ ਕਰੀ ਉਹਨੂੰ ਖਰਾਬ ਖਤਮ ਕਰਨ ਵਾਸਤੇ ਵੀ ਨਵਾਂ ਲਾਇਆ ਜਾਵੇ ਉਹ ਆਰਐਸਐਸ ਦੇ ਜਿਹੜਾ ਬੰਦਾ ਸੀ ਉਹ ਉਹਦਾ ਮੁਖੀ ਸੀ ਕਮੇਟੀ ਦਾ ਉਹਨੇ ਲਿਖਿਆ ਤੇ ਜਿਹੜਾ ਭਗਤ ਸਿੰਘ ਸੀ ਇਹਨਾਂ ਜਿਹੜੇ ਆਪਣੇ ਗਾਧਰੀ ਬਾਬੇ ਸੀ ਇਹਨਾਂ ਦਾ ਕੰਮ ਤਾਂ ਸੀਗਾ ਡੁੱਟ ਮਾਰ ਕਰਨਾ ਜੀ ਲੋਧਮ ਸਿੰਘ ਬਾਰੇ ਲਿਖਿਆ ਵੀ ਉਹ ਤਾਂ ਜਿਹੜਾ ਸੀ ਜਤੀਮ ਸੀਗਾ ਜਤੀਮਖਾਨੇ ਚ ਪੜਿਆ ਫਿਰ ਉਹ ਨਜਾਇਜ਼ ਪਿਸਤੌਲ ਦੇ ਮਾਮਲੇ ਚ ਫਸ ਗਿਆ ਉਹਨੂੰ 5 ਸਾਲ ਦੀ سزا ਹੋ ਗਈ ਫਿਰ ਉਹ ਇੰਗਲੈਂਡ ਚਲਾ ਗਿਆ ਉੱਥੇ ਉਹਨੇ ਇੱਕ ਐਕਸਟਰਨ ਹਾਲ ਦੇ ਵਿੱਚ ਉਹਨੂੰ ਮਾਰਤਾ ਐਡਵਾਈਜ਼ਰ ਨੂੰ ਤੇ ਉਹਨੂੰ ਫਾਂਸੀ ਹੋ ਗਈ ਇਹ ਇਤਿਹਾਸ ਹੈ ਇਹ ਚਾਸਪਲਾ ਹੈ ਸੋ ਇਹ ਤਾਜਾ ਤਾਜੇ ਦੀ ਗੱਲ ਦਾ ਤਾਂ ਜਿਹੜਾ ਆਰਐਸਐਸ ਵਾਲੇ ਲਿਖਦੇ ਨੇ ਸੋ ਇਸ ਕਰਕੇ ਆਪਾਂ ਇਤਿਹਾਸ ਨੂੰ ਜਿੰਨੀਆਂ ਦੇਸ਼ ਦੇ ਵਿੱਚ ਅਗਾਹਾਂ ਬਹੁਤ ਕਹਾਣੀਆਂ ਸੀ ਉਹ ਸਾਰੀਆਂ ਖਤਮ ਕਰਤੀਆਂ ਪੰਜਾਬੀ ਹਿੰਦੀ ਚੋਂ ਕਿਉਂਕਿ ਭਾਸ਼ਾ ਚੋਂ ਦੇ ਨਿਕਲ ਹਣੀ ਤਾਂ ਨਾਵਲ ਹੋ ਨਹੀਂ ਲਾਉਣੇ ਸੋ ਤੁਸੀਂ ਜਦ ਕਰਮਕਾਂਡੀਆਂ ਕਰਨਾ ਲਾਉਂਦੀਆਂ ਨੇ ਜਦ ਗੈਰ ਵਿਗਿਆਨਕ ਸੋਚ ਲਾਉਂਦੀਆਂ ਹਰ ਜਗ੍ਹਾ ਤੇ ਸਾਡਾ ਦੁਖਾਂਤ ਕਿੱਥੇ ਖੜਾ ਹੈ ਆਰਐਸਐਸ ਵਾਲੇ ਪੜਾਈ ਦੇ ਮਾਮਲੇ ਨੂੰ ਸਮਝਣ ਦੇ ਵਿੱਚ ਕਾਂਗਰਸੀਆਂ ਨਾਲੋਂ ਵੀ ਸੋ ਕਾਡ ਕਮਿਊਨਿਸਟਾਂ ਨਾਲੋਂ ਵੀ ਸਾਰਿਆਂ ਨਾਲੋਂ ਤਿੱਖੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿ ਆ ਗੱਲ ਪਾਈਏ ਗੱਲ ਤਾਂ ਰੋਕਾਂ ਚ ਜਾਊਗੀ ਇਨੰਦ ਪਤਰੀ ਇਹਨਾਂ ਤਾਂ ਉਹ ਆਪਦੇ ਧੱਕੇ ਨਾਲ ਹੀ ਪਾਈ ਗਏ ਜਿਹੜਾ ਮਰਜੀ ਪਾਤਾ ਜਿਹੜਾ ਮਰਜੀ ਹਟਾਤਾ ਜਿਹਦਾ ਨਤੀਜਾ ਨਿਕਲਿਆ ਕਿ ਕਾਂਗਰਸ ਨੇ ਜਦਾ ਆਜ਼ਾਦੀ ਦਾ ਇਤਿਹਾਸ ਠੀਕ ਪੜਾਇਆ ਹੀ ਨਹੀਂ ਇੰਨੇ ਸਾਲ ਤੇ ਹੁਣ ਕਿੱਥੇ ਕਹਿੰਦਾ ਰੋਲੇ ਦਾਖ ਬਜੌਰੀਆਂ ਆ ਕੇ ਕਿਰਬੀਜੇ ਜੱਟ ਹੰਡੇ ਉਹਨਾਂ ਕਿਤਾਏ ਦਾ ਪੈਦਾ ਰੋਲੇ ਪੱਟ ਤੇ ਹੁਣ ਕਿੱਥੋਂ ਰੇਸ਼ਮ ਲੱਭਣਗੇ ਕਤੀ ਤੋਂ ਉਹਨਾਂ ਸੋ ਇਹ ਜਿਹੜਾ ਹੈ ਇਹਦੇ ਵਿੱਚੋਂ ਇਹਨਾਂ ਨੇ ਇਤਿਹਾਸ ਦਾ ਉਹ ਸਾਰਾ ਪੰਨਾ ਜਿਹੜਾ ਮੁਸਲਮਾਨਾਂ ਦੇ ਨਾਲ ਸੰਬੰਧਤ ਹੈ ਉਹ ਹਟਾ ਰਹੇ ਨੇ ਇਹ ਜਿਹੜਾ ਟੀਪੂ ਸੁਲਤਾਨ ਉਹਨੂੰ ਮੰਨਣ ਨੂੰ ਤਿਆਰੀ ਨਹੀਂ ਵੀ ਉਹ ਵੀ ਭਾਈ ਦੀ ਲੜਾਈ ਕਰਨ ਦੇ ਵਿੱਚ ਸ਼ਾਮਲ ਸੀ ਇਹ ਤਾਂ ਤੇ ਤੋਪੇ ਇਹ ਬਹੁਤ ਸਾਰੇ ਬੰਦਿਆਂ ਨੂੰ ਉਸ ਤਰੀਕੇ ਨਾਲ ਮੰਨਣ ਨੂੰ ਤਿਆਰ ਨਹੀਂ ਇਹ ਸਿਰਫ ਹਿੰਦੂਵਾਦ ਇਹ 1857 ਦਾ ਜਿਹਨੂੰ ਕੋਈ ਗਦਰ ਕਹਿੰਦਾ ਹੈ ਮੀਰਸਰ ਕਰਨੇ ਉਸ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਤੇ ਉਸ ਦੇ ਵਿੱਚ ਜਿਹੜਾ ਲੀਡਰ ਸੀ ਉਹਦਾ ਉਹ ਸੀ ਬਾਦਸ਼ਾਹ ਉਹ ਮੁਸਲਮਾਨ ਬਾਦਸ਼ਾਹ ਸੀ ਔਰ ਸਾਰਿਆਂ ਨੇ ਰਾਣੀ ਚਾਂਸੀ ਹੋਰ ਸਾਰਿਆਂ ਨੇ ਮਿਲ ਕੇ ਚੁਣਿਆ ਸੀ ਇਹਨੂੰ ਠੀਕ ਹੈ ਇਹ ਇਹ ਮੰਨਣ ਜ਼ਿਆਗ ਨਹੀਂ ਉਹਨਾਂ ਜਾਦੀ ਦੀ ਲੜਾਈ ਕਹਿੰਦੇ ਨੇ ਹਾੜਾ ਕਿ ਉਹ ਲੜਾਈ ਜਿਹੜੀ ਸੀ ਆਜ਼ਾਦੀ ਨਾਲੋਂ ਵੱਧ ਰਾਜਾਂ ਦੇ ਰਾਜ ਦੀ ਸੀ ਕਿਉਂਕਿ ਰਾਜਾਂ ਦਾ ਰਾਜ ਖੁੱਸਿਆ ਸੀ ਉਹ ਕਹਿੰਦੇ ਸੀ ਵਾਪਸ ਲੈਣਾ ਆਜ਼ਾਦੀ ਦੀ ਲੜਾਈ ਤਾਂ ਬਾਅਦ ਸ਼ੁਰੂ ਹੋਈ ਜਦ ਰਾਜੇ ਵੀ ਖਤਮ ਕਰੇ ਗਏ 567 ਸਟੇਟਾਂ ਜਿਹੜੀਆਂ ਸੀ ਉਹ ਖਤਮ ਹੋਈਆਂ ਸੋ ਇਸ ਕਰਕੇ ਜਿਹੜਾ ਇਹ ਚਿਹਾਸ ਹੈ ਇਹਦੇ ਵਿੱਚੋਂ ਤੁਸੀਂ ਭਾਸ਼ਾ ਦੇ ਵਿੱਚ ਤੁਸੀਂ ਇਹਦੇ ਵਿੱਚ ਜਿਹੜੀ ਕਹੋ ਆਪਣੀ ਆਜ਼ਾਦੀ ਦੀ ਲੜਾਈ ਦੀਆਂ ਗੱਲਾਂ ਨੇ ਉਹ ਵੀ ਦੂਰ ਕਰ ਦਿਓ ਕੁਰਬਾਨੀਆਂ ਦੂਰ ਕਰ ਦਿਓ ਫਿਰ ਝੱਸ ਰਹਿ ਕੀਆ ਤੁਸੀਂ ਕਹਾਣੀਆਂ ਪੜਾਉਣੀਆਂ ਸ਼ੁਰੂ ਕਰ ਦਿਓ ਵੀ ਜਿਹੜੀਆਂ ਮਹਾਭਾਰਤ ਚ ਨੇ ਰਮਾਇਣ ਕਿ ਨੂੰ ਤਾਂ ਲੋਕ ਪੜ੍ਹਦੇ ਨੇ ਰੋਜ਼ੀ ਸੁਣਦੇ ਨੇ ਇੰਨੇ ਮੰਦਰ ਨੇ 33 ਲੱਖ ਮੰਦਰ ਸੁਣਿਆ ਵੀ ਭਾਰਤ ਚ 33 ਲੱਖ ਮੰਦਰ ਜਾਇਗਾ ਫਿਰ ਤਾਂ ਹਰ ਕਹੋ ਵੀ 10 ਬੰਦਿਆਂ ਪਿੱਛੇ ਇੱਕ ਹੋ ਗਿਆ ਜਿਵੇਂ ਉਹ ਪਿੱਛੇ ਇੱਕ ਹੋ ਗਿਆ ਸੋ ਜੇ ਤੁਸੀਂ ਇਸ ਤਰ੍ਹਾਂ ਕਰਨਾ ਹੈ 400 ਪਿੱਛੇ ਇੱਕ ਮੰਦਰ ਲਾ ਲਓ ਇੰਨੇ ਮੰਦਰ ਹੈਗੇ ਨੇ ਤੇ ਫਿਰ ਤੁਸੀਂ ਇਹ ਸਕੂਲਾਂ ਨੂੰ ਤਾਂ ਬਖਸ਼ ਦਿਓ ਨਾ ਸਕੂਲਾਂ ਦੇ ਵਿੱਚ ਤਾਂ ਤੁਸੀਂ ਵਿਗਿਆਨ ਕਿਤੇ ਹਾਸਪੜਾ ਦਿਓ ਹੁਣ ਸਾਡੀ ਦੁਖਾਂਤ ਕੀ ਆ ਆ ਬੜੀ ਖੋਜ ਇਸੇ ਹੋ ਰਹੀ ਹੈ ਯੂਨੀਵਰਸਿਟੀਾਂ ਚ ਸ਼ੁਰੂ ਕਰਤਾ ਕੋ ਜੋਗਾ ਤੇ ਖੋਜ ਹੋ ਰਹੀ ਹੈ ਜੀ ਕੋਈ ਪ੍ਰਾਣੀ ਦਰਿਆ ਦੇ ਉੱਤੇ ਖੋਜ ਹੋ ਰਹੀ ਹੈ ਜੀ ਕੋਈ ਪ੍ਰਾਣਾ ਪੁੱਲ ਦੇ ਉੱਤੇ ਖੋਜ ਹੋ ਰਹੀ ਹੈ ਜੀ ਕੋਈ ਪ੍ਰਾਣੇ ਬਵਾਨਾਂ ਤੇ ਖੋਜ ਹੋ ਰਹੀ ਹੈ ਜੀ ਕੋਈ ਪ੍ਰਾਣੇ ਵੀ ਉਹਦੇ ਗੰਧਾਰੀ ਦੇ 100 ਪੱਤਰ ਕਿਵੇਂ ਸੀ ਹੈ ਇਹ ਜੀਨ ਟੈਕਨੋਲੋਜੀ ਸੀ ਉਹਦੇ ਉੱਤੇ ਖੋਜ ਹੋ ਰਹੀ ਹੈ ਜੀ ਇਹ ਜਿਹੜਾ ਸਾਰਾ ਕੁਝ ਹੈ ਵੀ ਉਹ ਹਾਥੀ ਉੱਤੇ ਸੁੱਟੇ ਸੀ ਭੀਮ ਨੇ ਉਹਦੇ ਉੱਤੇ ਖੋਜ ਹੋ ਰਹੀ ਹੈ ਜੀ ਅਗਨਬਾਨ ਕਿਹਾ ਜਾਂਦਾ ਸੀ ਕਹਿੰਦੇ ਉਹ ਸਾਡੇ ਤਾਂ ਮਜ਼ਾਈਨਾ ਸੀਗੀਆਂ ਉਹਦੇ ਉੱਤੇ ਖੋਜ ਹੋ ਰਹੀ ਹੈ ਜੀ ਇਹ ਸਾਰਾ ਕੁਝ ਕੋਲ 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 ਦੇ ਨਾਂ ਦੇ ਉੱਤੇ ਨਵੀਂ-ਨਵੀਂ ਗੱਲ ਲਿਖਦੇ ਨੇ ਆ ਹੁਣ ਪਿੱਛੇ ਔਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਅੱਜ ਕੱਲ ਦੇ ਪੜੇ ਲਿਖੇ ਨੇ ਕਿਉਂਕਿ ਬਹੁਤ ਸਾਰੇ ਪੜੇ ਲਿਖੇ ਦਹਾੜੇ ਆ ਕਿਸੇ ਨੇ ਪੋਥੀ ਵਾਲੀ ਕਿਸੇ ਨੇ ਖੋਤੀ ਵਾਲੀ ਉਹ ਪੜੇ ਲਿਖੇ ਕਿਉਂਕਿ ਉਹਨਾਂ ਪੈਸਾ ਬੰਦਾ ਹੈ ਅੱਜ ਕੱਲ ਇਹ ਵਿਕਦਾ ਹੈ ਜਦ ਤੁਸੀਂ ਸਰਕਾਰ ਨੂੰ ਗਾਲ ਕੱਢੋ ਤੁਸੀਂ ਆਧੁਨਿਕ ਵਿਗਿਆਨ ਨੂੰ ਗਾਲ ਕੱਢੋ ਤੁਸੀਂ ਪੁਰਾਣੇ ਜਿਹੜਾ ਕਰਮ ਕਾਂਡ ਪੂਜਾ ਪਾਠ ਤੇ ਸਾਰਾ ਵੀ ਕਿਸਮਤਬਾਦ ਦੇ ਉੱਤੇ ਜਾਓ ਤੇ ਬੜਾ ਦਿਖਦਾ ਉਹ ਆ ਪਾਂਡੇ ਕਿੰਨੇ ਪੈਸਾ ਕਮਾਉਂਦੇ ਨੇ ਕਿੰਨੇ ਭਾਈ ਹੁਣ ਤਾਂ ਭਾਈ ਵੀ ਥੋੜੇ ਕਰਨ ਲੱਗੇ ਇਹ ਜਿਹੜਾ ਇਤਿਹਾਸ ਪੜਾਉਣਾ ਹੈ ਜਿਹੜੀਆਂ ਕਿਤਾਬਾਂ ਪੜਾਉਣੀਆਂ ਨੇ ਜਿਹੜਾ ਸਿਲੇਬਸ ਪੜਾਉਣਾ ਐ ਐਨਸੀਆਰਟੀ ਨੇ ਐਨਸੀਆਰਟੀ ਬਣੀ ਸੀ ਵਿਗਿਆਨਕ ਸਿਲੇਬਸ ਪੜਾਉਣ ਵਾਸਤੇ ਤਾਂ ਕਿ ਜੇ ਛੱਗੇ ਵਦੇ ਸੰਵਿਧਾਨ ਦੇ ਆਰਟੀਕਲ 51 ਇਹਦੇ ਤਹਿਤ ਇਹ ਹੈ ਕਿ ਵਿਗਿਆਨਕ ਸੋਚ ਫੈਲਾਈ ਜਾਏਗੀ ਹੁਣ ਜੇ ਤੁਸੀਂ ਕਹਿੰਦੇ ਹੋ ਵੀ ਫਲਾਨੀ ਥਾਂ ਧਾਗਾ ਬੰਦੋ ਤੇ ਠੀਕ ਹੋ ਜਾਊਗਾ ਇਹ ਵਿਗਿਆਨਕ ਸੋਚ ਹੈ ਤੁਸੀਂ ਤੁਹਾਨੂੰ ਚੇਚਕ ਨਿਕਲਿਆ ਹੀ ਹਾਲਾਂਕਿ ਉਹਨੇ ਉਹਦਾ ਇਲਾਜ ਨਹੀਂ ਆ ਕੋਈ ਚੇਚਕ ਦਾ ਆਪਣੇ ਆਪ ਚ ਆਪ ਹੀ ਉਹ ਠੀਕ ਹੁੰਦੀ ਹੈ ਪਰ ਤੁਸੀਂ ਕਹੋ ਜੀ ਉਹ ਤੁਹਾਨੂੰ ਮਾਤਾ ਰਾਨੀ ਦੀ ਪੂਜਾ ਕਰੋ ਚੇਚਕ ਠੀਕ ਹੋ ਜਾਊਗੀ ਪਾਣੀ ਪਾਕਿਆ ਕਰੋ ਉੱਥੇ ਆਪਣੀ ਤਸੱਲੀ ਵਾਸਤੇ ਜੋ ਮਰਜ਼ੀ ਕਰੀ ਜਾਓ ਜੇ ਤੁਸੀਂ ਕਹੋ ਵੀ ਜੇ ਤੁਸੀਂ ਭਾਈ ਪਾਣੀ ਪੌਂਹ ਜਾਓਗੇ ਤੁਹਾਡੀ ਮਾਨਸਿਕ ਤਸੱਲੀ ਰਹੂਗੀ ਮੈਂ ਮੰਨ ਸਕਦਾ ਹਾਂ ਪਰ ਜੇ ਤੁਸੀਂ ਕਹੋ ਦਿਨ ਨਾ ਚੇਚਕ ਪਾਣੀ ਪੌਣ ਕਰਕੇ ਠੀਕ ਹੋ ਰਹੀ ਹੈ ਤੁਹਾਡੀ ਮਾਨਸਿਕ ਤਸੱਦੀ ਹੋ ਗਈ ਉਹਦੇ ਨਾਲ ਤੁਹਾਡਾ ਸਰੀਰ ਕਸਤ ਦੇ ਵਿੱਚੋਂ ਕਸਤ ਝੱਲ ਸਕਦਾ ਹੈ ਦੁੱਖ ਝੱਲ ਸਕਦਾ ਹੈ ਤੇ ਥੋੜਾ ਉਸ ਤਕਲੀਫ ਦੇ ਵਿੱਚੋਂ ਨਿਕਲ ਆਏਗਾ ਹੌਲੀ ਹੌਲੀ ਟਾਈਮ ਦੇ ਨਾਲ ਨਿਕਲ ਆਉਣਾ ਹੈ ਆ ਕਰੋਨਾ ਸੀ ਇਹਨੇ ਆਪ ਹੀ ਠੀਕ ਹੋਣਾ 95% ਜਾਂ ਆਪਕੇ ਠੀਕ ਹੋਣਾ ਹਣਾ ਸੀ ਹੁਣ ਜੇ ਕੋਈ ਕਹੇ ਟੂਰਨਾਟਮਨ ਕਰਕੇ ਕੋਈ ਪੂਜਾ ਪਾਠ ਕਰਕੇ ਹੋ ਜੇ ਤੁਸੀਂ ਕਰੋਨਾ ਦਾ ਚੈਪਟਰ ਸਾਇੰਸ ਦੀ ਕਿਤਾਬ ਚ ਪਾਓਗੇ ਤੇ ਉਹਦੇ ਵਿੱਚ ਇਹ ਕਹੋਗੇ ਵੀ ਤੁਸੀਂ ਆ ਫਲਾਣੇ ਥਾਂ ਕਰ ਲੋ ਇੱਥੇ ਸਾਇੰਸ ਦੇ ਵਿੱਚ ਖੋਜਾਂ ਕਰਾ ਰਹੇ ਸੀ ਇੱਕ ਜਰਡਨ ਸਾਇੰਸ ਕਾਂਗਰਸ ਹੁੰਦੀ ਆ ਬੱਚਿਆਂ ਦੀ ਜਿਹੜੇ ਸਕੂਲਾਂਾਂ ਚ ਬੱਚੇ ਪੜ੍ਹਦੇ ਨੇ ਉਹ ਵਿਗਿਆਨ ਸਮੇਲਨ ਹੁੰਦੇ ਨੇ ਉਹਦੇ ਵਿੱਚ ਇਹਨਾਂ ਨੇ ਖੋਜਾਂ ਕਰਕੇ ਦਿਖਾਇਆ ਹੋਇਆ ਕਿਉਂਕਿ ਇਹ ਜਿਹੜਾ ਸਾਡੇ ਸਾਦਾ ਅਧਿਆਪਕ ਵੀ ਜੱਤਾ ਸਿੰਘ ਤੁਰਿਆ ਹੋਇਆ ਉਹਦੇ ਦਿਖਾਦਾ ਕਿ ਜੀ ਤਿੱਪਲ ਦੇ ਵਿੱਚੋਂ ਰਾਤ ਨੂੰ ਆਕਸੀਜਨ ਨਿਕਲਦੀ ਆ ਬੜਾਈ ਉਹਨਾਂ ਨੇ ਮੈਂ ਉਹਦੇ ਚ ਸੀਗਾ ਜਜਮੈਂਟ ਦੇ ਵਿੱਚ ਸੂਬਾ ਪੰਡਰੀਚ ਜਦੋਂ ਕਹੀ ਗਏ ਵੀ ਇਤੋਂ ਚੱਲੀ ਆਕਸੀਜਨ ਨਿਕਲਦੀ ਹੈ ਰਾਤ ਨਿਕਲਦੀ ਹੈ ਮੈਂ ਉਹਨਾਂ ਨੂੰ ਸਨੇ ਟੀਚਰ ਦੇ ਪੁੱਛ ਰਿਹਾ ਵੀ ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਰਾਤ ਨੂੰ ਆਕਸੀਜਨ ਨਿਕਲਦੀ ਹੈ ਤੇ ਪਾ ਕਿਉਂ ਉਹ ਜੀ ਕਹਿੰਦੇ ਨੇ ਮਾਚਲ ਕਹਿੰਦੇ ਨੇ ਤੁਸੀਂ ਆਏ ਦੱਸੋ ਤੁਸੀਂ ਕਿਵੇਂ ਦੱਸੋਗੇ ਵਿਗਿਆਨਕ ਤਰੀਕੇ ਨਾਲ ਕਿਵੇਂ ਦੱਸੋਗੇ ਵੀ ਨਿਕਲਦੀ ਆ ਕਿ ਨਹੀਂ ਨਿਕਲਦੀ ਕਿਸੇ ਨੇ ਕਿਹਾ ਤਾਂ ਵੀ ਆਕਸੀਜਨ ਨਿਕਲਦੀ ਹੈ ਤੇ ਪੰਜੋ ਰਾਤ ਨੂੰ ਠੀਕ ਹੋ ਗਿਆ ਮੰਨ ਲਿਆ ਇਹਨੂੰ ਸਾਬਤ ਤਾਂ ਕਰਨਾ ਹੋਊਗਾ ਵੀ ਵਾਕਈ ਨਿਕਲਦੀ ਏ ਕਿ ਨਹੀਂ ਫੇਰ ਤਾਂ ਨਹੀਂ ਤਾਂ ਫੰਗਾ ਦੀ ਡਾਲਾ ਬਣ ਗਿਆ ਫੇਰ ਤਾਫਾ ਬਣ ਗਈ ਨਹੀਂ ਤਾਂ ਫੇਰ ਤਾਂ ਸੇ ਡਾਈ ਲੱਗੋਗੇ ਵਿਗਿਆਨ ਤੇ ਧਰਮ ਚ ਇਹੀ ਫਰਕ ਹੈ ਧਰਮ ਕਹਿੰਦਾ ਲੋਕਾਂ ਨੂੰ ਵੀ ਡਾਈ ਲੱਗ ਬਣੋ ਜੋ ਤੁਨ ਗੁਰੂ ਨੇ ਕਹਤਾ ਉਹਨੂੰ ਮੰਨੀ ਜਾਓ ਕਾ ਮੀਚੇ ਵਿਗਿਆਨ ਕਹਿੰਦੀ ਹੈ ਨਹੀਂ ਤੁਹਾਨੂੰ ਪੰਜ ਗਿਆਨ ਇੰਦਰੀ ਦਿੱਤੇ ਨੇ ਪੰਜ ਕਰਮ ਇੰਦਰੀ ਦਿੱਤੇ ਨੇ ਗਿਆਨ ਇੰਦਰੀ ਨਾਲ ਗਿਆਨ ਪ੍ਰਾਪਤ ਕਰੋ ਬਹਿਸ ਕਰੋ ਤੇ ਉਸ ਤੋਂ ਬਾਅਦ ਕਰਮ ਇੰਦਰੀ ਨਾਲ ਕਰਮ ਕਰੋ ਉਤੋਂ ਸਿੱਖੋ ਸਿੱਖ ਕੇ ਨਵਾਂ ਨਿਸਕਰਸ਼ ਕਦੋ ਨਵਾਂ ਸਿਧਾਂਤ ਬਣਾਓ ਇਹ ਐਪ ਪੜ੍ਹਾਈ ਜਿਹੜੀ ਐਨਸੀਆਰਟੀ ਨੂੰ ਕਰਾਉਣੀ ਚਾਹੀਦੀ ਸੀ ਜਿਸ ਪਾਸੇ ਐਨਸੀਆਰਟੀ ਨਹੀਂ ਜਾ ਰਿਹਾ ਸੋ ਉਹ ਇਹ ਨਹੀਂ ਦੱਸ ਸਕੇ ਮੈਂ ਤਾਂ ਕਹਿਣਾ ਥੀਨਰ ਸਕੂਲਾਂ ਦੇ ਸਾਇੰਸ ਅਧਿਆਪਕ ਮਾਡਰਨ ਸਕੂਲਾਂ ਦੇ ਸੋ ਕਾਲਡ ਮਾਡਰਨ ਸਕੂਲ ਜਿਨ੍ਹਾਂ ਨੂੰ ਕਹਿੰਦੇ ਅਸੀਂ ਬੜੇ ਮਹਿੰਗੇ ਸਕੂਲ ਆਏ ਛੋਟੇ ਮਾਡਰਨ ਸਕੂਲ ਨਹੀਂ ਸਰ ਪ੍ਰਾਈਵੇਟ ਉਹ ਇਹ ਨਹੀਂ ਦੱਸ ਸਕੇ ਵੀ ਅਸੀਂ ਪਿਪਲ ਦੇ ਵਿੱਚੋਂ ਜੇ ਕਹਿਣਾ ਹੋਵੇ ਕਿ ਰਾਤ ਨੂੰ ਸਾਬਤ ਕਰਨਾ ਹੋਵੇ ਕਿ ਸੱਚਮੁੱਚ ਹੀ ਆਕਸੀਜਨ ਨਿਕਲਦੀ ਆ ਜਾਂ ਨਹੀਂ ਨਿਕਲਦੀ ਇਹ ਤਰੀਕਾ ਕੀ ਹੈ ਇਹਦਾ ਬੰਦਾ ਹੁਣ ਜੇ ਸਾਡੀ ਸੋਚ ਇਹੀ ਜੀ ਹੋਗੀ ਫਿਰ ਸਿਲੇਬਸ ਜੀ ਵੀ ਤਾਂ ਉਧਰ ਹੀ ਜਾਊਗਾ ਨਾ ਪਾਠ ਕਰਨ ਜਿਹੜਾ ਮਰਜੀ ਪਾ ਦੋ ਹਾਂ 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 ਠੀਕ ਹੈ ਜੀ ਠੀਕ ਹੈ ਠੀਕ ਹੈ ਤਾਂ ਮੈਂ ਇਸ ਕਰ ਹਾਂ ਤੁਸੀਂ ਕਰਦੇ ਸਾਰ ਫਿਰ ਅੱਗੇ ਜਾਊਂਗਾ ਮੈਂ ਇੱਕ ਹੋਰ ਬੜਾ ਚੀਜ਼ ਪਿਛੇ ਐਡ ਕਰਨਾ ਸੀਗਾ ਕਿ ਜਿਵੇਂ ਮੈਂ ਕਿਹਾ ਕਿ ਵੱਖਵਾਦ ਦੀ ਗੱਲ ਹੁੰਦੀ ਆ ਉਹ ਸਿਲੇਬਸ ਵਿੱਚ ਵੀ ਪਾ ਦਿੱਤਾ ਜਾਂਦਾ ਹੈ ਉਹਨੂੰ ਪ੍ਰਭਾਸਿਤ ਕੌਣ ਕਰੇਗਾ ਕਿ ਵਕਵਾਦੀ ਕੌਣ ਹੈ ਉਹ ਜਿਹੜੇ ਆਪਣੇ ਹੱਕਾਂ ਦੀ ਅਧਿਕਾਰਾਂ ਦੀ ਜਮਹੂਰੀਅਤ ਦੇ ਵਿੱਚ ਰਹਿ ਕੇ ਡਿਕਟੇਟਰਸ਼ਿਪ ਦਾ ਵਿਰੋਧ ਕਰਦੇ ਨੇ ਉਹ ਵਕਵਾਦੀ ਹੋਏ ਜਾਂ ਫਿਰ ਉਹ ਲੋਕ ਜਿਹੜੇ ਘੱਟ ਗਿਣਤੀ ਤੇ ਬਹੁ ਗਿਣਤੀ ਨੂੰ ਆਪਸ ਦੇ ਵਿੱਚ ਟਕਰਾ ਕਰਾ ਕੇ ਆਪਣਾ ਝੰਡਾ ਕਾਇਮ ਕਰਨਾ ਚਾਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਘੱਟ ਗਿਣਤੀ ਜਿਹੜੀ ਹੈ ਉਹ ਉਹਨਾਂ ਤੋਂ ਉੱਪਰ ਆਵੇ ਜਾਂ ਉਹ ਆਪਣੇ ਆਪ ਨੂੰ ਤਕੜਾ ਮਹਿਸੂਸ ਕਰੇ ਮਤਲਬ ਕਿ ਇਹ ਪ੍ਰਭਾਸਿਤ ਕੌਣ ਕਰੇਗਾ ਕਿ ਵਕਵਾਦੀ ਕੌਣ ਹੈ ਦੇਖੋ ਪਹਿਲੀ ਗੱਲ ਤਾਂ ਪ੍ਰਵਾਸਤਾ ਹਮੇਸ਼ਾ ਸਟੇਟ ਕਰਦੀ ਆ ਆਪਾਂ ਇਸ 'ਚ ਕੋਈ ਬਹੁਤਾ ਕੋਈ ਕਨਫਿਊਜ਼ਨ ਨਹੀਂ ਹੈ ਪ੍ਰਵਾਸਿਤ ਕੋਈ ਕਦੇ ਲੋਕ ਨਹੀਂ ਲੋਕਾਂ ਦੀਆਂ ਡੈਰਾ ਕਰਦੀਆਂ ਨੇ ਜਾਂ ਤਾਂ ਫਿਰ ਨਹੀਂ ਤਾਂ ਸਟੇਟ ਹੀ ਕਰਦੀ ਆ ਰਾਜ ਕਰਦਾ ਰਾਜ ਸੱਤਾ ਸਵਾਲ ਕਿੱਥੇ ਹੈ ਵੱਖਵਾਦੀ ਕੌਣ ਹੈ ਜਦ ਤੁਸੀਂ ਕਿਸੇ ਨੂੰ ਦਬਾਓਗੇ ਤਾਂ ਤੁਸੀਂ ਅਤਵਾਦੀ ਤੇ ਵੱਖਵਾਦੀ ਹੋ ਜੇ ਸਟੇਟ ਕਿਸੇ ਮਿਨੋਰਟੀ ਨੂੰ ਘੱਟ ਗਿਣਤੀ ਨੂੰ ਕਿਸੇ ਸੱਭਿਆਚਾਰ ਨੂੰ ਕਿਸੇ ਬੋਲੀ ਨੂੰ ਕਿਸੇ ਖਾਨ ਪੀਨ ਨੂੰ ਕਿਸੇ ਦੇ ਨਸਲ ਨੂੰ ਕਿਸੇ ਦੇ ਰੰਗ ਰੂਪ ਨੂੰ ਦਬਾਏਗੀ ਕਿਸੇ ਦੀ ਬੰਸਪਤੀ ਨੂੰ ਕਿਸੇ ਦੀ ਧਰਤੀ ਨੂੰ ਕਿਸੇ ਦੇ ਪਾਣੀ ਨੂੰ ਜਦ ਰਾਜ ਸੱਤਾ ਦਬਾਏਗੀ ਤਾਂ ਉਹ ਰਾਜ ਸੱਤਾ ਵੱਖਵਾਦੀਆਂ ਦੀ ਭੂਮਿਕਾ ਨਿਭਾ ਰਹੀ ਹੈ ਥੋੜੇ ਸਮੇਂ ਵਾਸਤੇ ਉਹ ਡੰਡੇ ਨਾਲ ਰੋਕ ਲੈਂਦੀ ਹੈ ਪਰ ਫਿਰ ਉਹ ਉਬਾਲ ਉੱਠਦਾ ਹੈ ਜਿੰਨਾ ਗੇਂਦ ਨੂੰ ਦਬਾਓਗੇ ਉਨੇ ਜ਼ੋਰ ਨਾਲ ਫੇਰ ਉੱਠਦੀ ਹੈ ਸੋ ਵੱਖਵਾਦੀ ਕੌਣ ਹੋਏ ਵੱਖਵਾਦੀ ਉਹ ਹੋਏ ਜਿਹੜਾ ਦੇਸ਼ ਇਕੱਠਾ ਹੋਇਆ ਹੋਇਆ ਹੈ ਜਿਹੜੇ ਦੇਸ਼ ਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਉਹ ਤਾਂ ਇਕੱਠੇ ਨੇ ਉਹਨਾਂ ਨੇ ਕਦੇ ਕਿਹਾ ਨਹੀਂ ਵੀ ਵੱਖਰਾ ਵਾਤ ਕਰੋ ਜਦ ਤੁਸੀਂ ਉਹਨਾਂ ਦੀ ਬੋਲੀ ਨੂੰ ਉਹਨਾਂ ਦੇ ਸੱਭਿਆਚਾਰ ਨੂੰ ਉਹਨਾਂ ਦੀ ਪੜ੍ਹਾਈ ਨੂੰ ਉਹਨਾਂ ਦੇ ਅਰਥਚਾਰੇ ਨੂੰ ਉਹਨਾਂ ਦੇ ਸਮਾਜ ਨੂੰ ਉਹਨਾਂ ਦੀ ਸਿਆਸਤ ਨੂੰ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੇ ਫਤਫੇ ਨੂੰ ਤੋੜੋਗੇ ਫਿਰ ਉਹਨਾਂ ਦੀ ਮਾਨਸਿਕਤਾ ਨੂੰ ਤੋੜੋਗੇ ਤੇ ਫਿਰ ਉਹ ਕਹਿੰਗੇ ਸਾਨੂੰ ਅੱਡ ਕਰ ਦੋ ਜੇ ਫਿਰ ਵੱਖਵਾਦੀ ਹੋਇਆ ਕੌਣ ਲਿਖਣ ਨੂੰ ਜਿਹੜਾ ਮਰਜ਼ੀ ਲਿਖੀ ਜਾਵੇ ਲਿਖਣ ਨੂੰ ਇਹ ਲਿਖਣਗੇ ਕਿ ਅਸੀਂ ਵੱਖਵਾਦੀ ਨਹੀਂ ਇਹ ਵੱਖਵਾਦੀ ਨੇ ਇਹ ਤਾਂ ਇਹਨਾਂ ਦੀ ਤਾਕਤ ਚ ਨੇ ਵੱਖਵਾਦੀ ਕੌਣ ਹੋਇਆ ਵੱਖਵਾਦੀ ਬੇਇਨਸਾਫੀ ਕਰਨ ਵਾਲਾ ਹੋਇਆ ਜਾਂ ਜਿਹੜਾ ਬੇਇਨਸਾਫੀ ਦੇ ਖਿਲਾਫ ਬੋਲਦਾ ਹੈ ਇਨਸਾਫ ਦੀ ਮੰਗ ਕਰਦਾ ਹੈ ਉਹ ਹੋਇਆ ਦੁਨੀਆਂ ਦੇ ਵਿੱਚ ਅੱਜ ਤੱਕ ਇਸੇ ਕਰਕੇ ਤਾਂ ਬਾਬੇ ਨਾਨਕ ਨੇ ਕਿਹਾ ਰਾਦੇ ਸੀ ਮੁਕੱਦਮ ਕੁੱਤੇ ਜਾਇ ਜਗ੍ਹਾ ਇਨ ਬੈਠੇ ਉਹ ਉਹੀ ਰਾਜੇ ਮੁਕੱਦਮ ਕੁੱਤੇ ਨੇ ਜਿਹੜੇ ਆ ਵਖਵਤ ਦੀਆਂ ਗੱਲਾਂ ਕਰਦੇ ਨੇ ਜਿਹੜੇ ਧਰਮ ਦੇ ਨਾਂ ਤੇ ਬਣਦੇ ਨੇ ਜਿਹੜੇ ਔਰ ਫਿਰ ਉਹ ਜਿਹਨਾਂ ਨੂੰ ਵਖਵਤ ਕਿਹਾ ਜਾਂਦਾ ਇਸ ਸਟੇਟਮੈਂਟ ਨੂੰ ਮੈਨੂੰ ਕਹਿਣ ਚ ਕੋਈ ਝਿਜਕ ਨਹੀਂ ਹੈ ਕੁਝ ਤਾਂ ਇਹਨਾਂ ਨੇ ਆਪ ਹੀ ਖੜੇ ਕਰੇ ਹੁੰਦੇ ਨੇ ਤਾਂ ਕਿ ਵਖਵਤੀਆਂ ਦਾ ਨਾਰਾ ਲਾ ਦੇਣ ਦੂਜੇ ਜਿਹੜੇ ਸੱਚੇ ਮੁੱਚੀ ਪੀੜਤ ਹੁੰਦੇ ਨੇ ਆਵਾਜ਼ ਉਠਾਉਂਦੇ ਨੇ ਜਿਹੜੇ ਕਹਿੰਦੇ ਨੇ ਨਹੀਂ ਮੰਨਿਆ ਜਾ ਸਕਦਾ ਤੁਕੇ ਬਹੁਤ ਹੀ ਤਾਉਹੰਦ ਨੇ ਬਾਬੇ ਨਾਨਕ ਨੇ ਕਿਹਾ タル ਕਰ ਮੀਆਂ ਸਭਨਾ ਜੀਆਂ ਬੋਦੀ ਔਰ ਤੁਹਾਡੀ ਬਾਕੀ ਤਾਂ ਸਾਰੇ ਬੋਦੀ ਫਟਫਟੇ ਬਦਲ ਜਾਂਦੇ ਨੇ ਵੱਡੇ ਵੱਡੇ ਵਿਦਵਾਨ ਬਦਲ ਜਾਂਦੇ ਨੇ ਆਪਾ ভগবਾਂ ਕਰਨਾ ਵੱਡੇ ਵੱਡੇ ਵਿਦਵਾਨ ਕਰ ਰਹੇ ਨੇ ਜਿਹੜੇ ਆਪਦੇ ਆਪ ਨੂੰ ਬੜੇ ਲੈਫਟਿਸਟ ਕਹੁੰਦੇ ਸੀ ਉਹ ਵੀ ਕਰ ਰਹੇ ਨੇ ਐ ਵਨ ਇਹ ਨਾਲੇ ਦੁੱਧ ਦੀ ਕਹਾਣੀ ਜੀ ਪਾ ਕੇ ਸੋ ਇਸ ਕਰਕੇ ਆਪਾਂ ਭ੍ਰਿਕਾ ਨਾ ਰੱਖੀਏ ਜਿਹੜੇ ਬੰਦੇ ਸੱਚੀ ਮੁੱਚੀ ਸਟੇਟ ਜਾਂ ਦਬਾ ਕੇ ਰੱਖਦੇ ਉਹ ਦੇਖ ਲਾ ਪਰ ਸਾਡਾ ਦੁਖਾਂਤ ਕੀ ਹੋ ਗਿਆ ਸਾਡਾ ਦੁਖਾਂਤ ਹੋ ਗਿਆ ਵੀ ਸਾਡਾ ਅਜ ਵਿਦਵਾਨ ਦਿਖਦਾ ਹੀ ਨਹੀਂ ਅਸੀਂ ਜੋ ਮਰਜੀ ਲਿਖ ਜਾਈਏ ਅੱਛਾ ਪਿੱਛੋ ਅਸੀਂ ਕਹਿ ਦਿੰਨਾ ਗਲਤੀ ਹੋ ਗਈ ਕਦੇ ਕਦੇ ਅਸੀਂ ਉਹ ਵੀ ਨਹੀਂ ਮੰਨਣ ਨੂੰ ਤਿਆਰ ਇਹ ਕੈਲਕੂਲੇਟ ਚੱਲ ਰਿਹਾ ਹੈ ਕਿ ਮਿਨੋਰਟੀਜ਼ ਉੱਤੇ ਹਮਲਾ ਕੀਤਾ ਜਾਵੇ ਮੈਂ ਛੋਟੀ ਜਿਹੀ ਇੱਕ ਉਦਾਹਰਨ ਦੇ ਆਵਾਂਗਾ ਸਿੱਧੇ ਬਸਦੇ ਹਿਸਾਬ ਨਾਲ ਜੁੜਦੀ ਹੋਈ ਪੰਜਾਬੀ ਯੂਨੀਵਰਸਿਟੀ ਨੇ ਆਪਦਾ ਪ੍ਰਸਪੈਕਟ ਛਾਪਿਆ ਉਹਦੇ ਜਿਹੜੇ ਮੌਜੂਦਾ ਵਾਈਸ ਚਾਂਸ ਨੇ ਬੜੇ-ਬੜੇ ਵਿਦਵਾਨ ਕਹਿੰਦੇ ਨੇ ਅੱਡੀ ਵੱਡੀ ਉਹਨਾਂ ਦੀ ਫੋਟੋ ਲਾਈ ਹੋਈ ਹੈ ਪਹਿਲਾ ਟਾਈਟਲ ਪੇਜ ਉੱਗੇ ਉਹਨਾਂ ਦਾ ਇੱਕ ਲੇਖ ਲਿਖਿਆ ਹੋਇਆ ਹੈ ਉਹਦੇ ਪਿੱਛੇ ਇਹਨਾਂ ਦਾ ਮਾਟੋ ਹੈ ਇਹਨਾਂ ਦਾ ਨਿਸ਼ਾਨਾ ਪੰਜਾਬੀ ਜਿਹਦਾ ਨਹੀਂ ਇਸ ਵਾਈ ਚਾਂਸ ਨੇ ਨਹੀਂ ਹੋ ਬਣਾਇਆ ਜਿਆ ਯੂਨੀਵਰਸਿਟੀ ਬਣੀ ਉਹਦੋਂ ਉਹ ਕੀ ਹੈ ਵਿਦਿਆ ਵਿਚਾਰੀ ਤਾਂ ਪਰਪਕਾਰ ਵਿਦਿਆ ਤੇ ਵਿਚਾਰ ਕਰੋਗੇ ਤਾਂ ਤੁਸੀਂ ਪਰਪਕਾਰ ਕਰੋਗੇ ਬਿਨਾ ਵਿਚਾਰੇ ਨਹੀਂ ਇਹ ਵਿਚਾਰੀ ਕਈ ਤਾਂ ਲਿਖ ਦਿੰਦੇ ਨੇ ਪਰ ਇਹਨਾਂ ਨੇ ਸਪੈਲਿੰਗ ਉੱਥੇ ਤਾਂ ਠੀਕ ਲਿਖੇ ਨੇ ਤੁਸੀਂ ਮੰਨੋਗੇ ਵੀ ਉਹ ਸ਼ਬਦ ਜਿਹੜਾ ਆ ਸਾਰਾਗ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹਨਾਂ ਨੇ ਆਪ ਦੇ ਰੋਸ ਤੱਕ ਜਿਵੇਂ ਚਾਪੇ ਉਹ ਗਲਤ ਛਾਪੇ ਸਾਰਾ ਉਹਦੇ ਸ਼ਬਦ ਜੋੜ ਗਲਤ ਛਾਪੇ ਨੇ ਉਹਦੇ ਅਰਥ ਬਦਲ ਜਾਂਦੇ ਨੇ ਉਸ ਨਾਲ ਹੁਣ ਉਹ ਕੋਈ ਕਹ ਦੂਗਾ ਉਹ ਕਾਈ ਹੋ ਗਈ ਜੀ ਉਹ ਕਾਈ ਹੋ ਗਈ ਉਹਨੂੰ ਠੀਕ ਕਰ ਲੋ ਯਾਰ ਫਿਰ ਤੁਸੀਂ ਉਹ ਕਾਈ ਜੇ ਤੁਸੀਂ ਇੱਕ ਸ਼ਬਦ ਨਹੀਂ ਦੇਖ ਕੇ ਨਕਲ ਮਾਰ ਕੇ ਦੇਖ ਸਕਦੇ ਤੁਸੀਂ ਲੋਕਾਂ ਨੂੰ ਕੀ ਪੜਾਉਂਦੇ ਹੋਵੋਗੇ ਫਿਰ ਜਿਹੜੇ ਦੂਜੇ ਨੇ ਜਿਹੜੇ ਕਹਿੰਦੇ ਨੇ ਖਾਲਸਾਨੀ ਜਾਂ ਆਪਣੇ ਆਪ ਨੂੰ ਸਿੱਖ ਪੱਕੀ ਉਹ ਕਹਿੰਗੇ ਜਿਨ੍ਹਾਂ ਨੇ ਜਾਣ ਕੇ ਕਰਿਆ ਯਾਦ ਹੈ ਤੁਸੀਂ ਤੁਸੀਂ ਆਪਦੀ ਆਰਥੀ ਕਿਉਂ ਨਹੀਂ ਗਲਤ ਲਿਖ ਦਿੰਦੇ ਮੇਰਾ ਇੱਕ ਸਵਾਲ ਇੱਥੇ ਹੋਇਆ ਸੀ ਇੱਕ ਪੰਜਾਬ ਯੂਨੀਵਰਸਿਟੀ ਚ ਇੱਕ ਸੈਮੀਨਾਰ ਹੋ ਰਿਹਾ ਸੀ ਉਹ ਵੀ ਬੰਦਾ ਬੜਾ ਬੁੱਧੀਜੀਵੀ ਹੈ ਬੜਾ ਸਿਆਣਾ ਹੈ ਉਹ ਕਹੇ ਤੁਸੀਂ ਐਵੇਂ ਯਸ਼ੁਨਾਬ ਬਣਾਓ ਇਹ ਚਿੱਠੀ ਤਾਂ ਹਿੰਦੀ ਚ ਤਾਂ ਹਿੰਦੀ ਵੀ ਲਾਗੂ ਕਰੀ ਜਾਵੇ ਇਹ ਐਵੇਂ ਗੱਸਤੀ ਪੱਤਰ ਨਿਕਲ ਗਿਆ ਮੈਂ ਉੱਥੇ ਬੇਸਿਕਲੀ ਬੁਲਾ ਰਿਆ ਦੋ ਸੀਗੇ ਬੁਲਾ ਰੇ ਮੈਂ ਬੁਲਾ ਰਾ ਸੀ ਉਹਦੇ ਚ ਅਸੀਂ ਜਿਸ ਸਵਾਲਾਂ ਦੇ ਜਵਾਬ ਦੇਣ ਸੀ ਉਹਨੇ ਇਹ ਕਹਿਤਾ ਬਾਕੀ ਸਾਰੇ ਆਨੂੰ ਲੱਗੇ ਵੀ ਹਾਂ ਠੀਕ ਹੈ ਮੈਂ ਤੁਹਾਨੂੰ ਤਾਂ ਕਹਿੰਦਾ ਵੀ ਰਾਏ ਕਿਵੇਂ ਬਣਾਈ ਜਾਏ ਮੈਂ ਆਖਿਆ ਵੀ ਪ੍ਰੋਫੈਸਰ ਸਾਹਿਬ ਨੇ ਕਿਹਾ ਹੈ ਬੜੇ ਸਿਆਣੇ ਨੇ ਕਿ ਇਹ ਤਾਂ ਗਸਤੀ ਚਿੱਠੀ ਆ ਇਹਨੂੰ ਮੁੱਦਾ ਨਾ ਬਣਾਇਆ ਜਾਵੇ ਇਹ ਗਸਤੀ ਚਿੱਠੀ ਹਿੰਦੀ ਦੇ ਹੱਕ ਚ ਕਿਉਂ ਨਿਕਲੀ ਪੰਜਾਬੀ ਦੇ ਹੱਕ ਚ ਕਿਉਂ ਨਾ ਨਿਕਲ ਗਈ ਜੇ ਗਸਤੀ ਚਿੱਠੀ ਸਧਾਰਨ ਨਿਕਲਦੀ ਆ ਫਿਰ ਤਾਂ ਪੰਜਾਬੀ ਲਈ ਵੀ ਨਿਕਲ ਜਾਣੀ ਚਾਹੀਦੀ ਸੀ ਪੰਜਾਬੀ ਲਈ ਹੱਕ ਚ ਨਹੀਂ ਨਿਕਲੀ ਨਹੀਂ ਇਹ ਹਿੰਦੀ ਦੇ ਹੱਕ ਚ ਨਿਕਲੀ ਆ ਹੁਣ ਤੁਸੀਂ ਇਹਨੂੰ ਗਸਤੀ ਕਹਿ ਕੇ ਸਾਰਿਆਂ ਵੀ ਗਸਤੀ ਚਿੱਠੀ ਆ ਜੇ ਤਾਂ ਆਹੀ ਗੱਲਾਂ ਸੀ ਆਟੀ ਵਾਲਾ ਕਹਿ ਰਿਹਾ ਅਣਜਾਣੇ ਚ ਪੁੱਲ ਹੋ ਗਈ ਇਹ ਤਾਰਿਕਾ ਸਖਾਇਆ ਜਾਂਦਾ ਇਹਨਾਂ ਨੂੰ ਇਹ ਆਇਨਾ ਸਮਝੋ ਵੀ ਅਣਜਾਣੇ ਚ ਹੋਈ ਹੈ ਕਿਉਂਕਿ ਅਣਜਾਣੇ ਚ ਕਹਿਣ ਦਾ ਮਤਲਬ ਹੈ ਵਿਗੰਦੇ ਮੁੱਠੀ ਪਾ ਦੋ ਗੰਨੂ ਦਮਦੋ ਮੁੱਢਲੀ ਨਾ ਜਾਵੇ ਸੋ ਇਸ ਕਰਕੇ ਆਪਾਂ ਕਲੀਅਰ ਹੋਈਏ ਆਪਾਂ ਸਪਸ਼ਟ ਹੋਈਏ ਕਿ ਮinority ਦੇ ਧਰਮ ਦੇ ਉੱਤੇ minority ਦੇ ਫਲਸਫੇ ਦੇ ਉੱਤੇ minority ਦੇ ਪਹਿਰਾਵੇ ਦੇ ਉੱਤੇ minority ਦੀਆਂ ਬੋਡੀਆਂ ਦੇ ਉੱਤੇ ਅੱਜ ਹਮਲਾ ਹੈਗਾ ਉਹ ਕਿਤੇ ਘਟਾ ਹੈ ਕਿਤੇ ਵੱਧਾ ਹੈ ਕਿਤੇ ਕੋਈ ਜ਼ਿੰਮੇਵਾਰ ਹੈ ਕਿਤੇ ਕੋਈ ਜ਼ਿੰਮੇਵਾਰ ਗਲਵਖੜੀ ਹੈ ਇਹ ਹਮਲੇ ਨੂੰ ਨਾ ਨਹੀਂ ਕਰੀ ਜਾ ਸਕਦੀ ਕਿਉਂ ਨਹੀਂ ਮੈਂ ਕਹਿੰਦਾ ਕਿਉਂ ਕਹਣਾ ਮੈਂ ਕੋਈ ਐਵੇਂ ਨਹੀਂ ਕਹਿ ਰਿਹਾ ਮੈਂ ਡਰਟੇ ਕਹਿ ਰਿਹਾ ਇਹ ਐਨਸੀਆਰਟੀ ਨੇ ਜਿਹੜਾ ਪਾਠਕ੍ਰਮ ਨਹੀਂ ਹੁਣ ਅਸੀਂ ਪਾਠਕ੍ਰਮ ਦੀ ਗੱਲ ਕਰਦੇ ਐਨਸੀਆਰਟੀ ਨੇ ਪਿਛਲੇ ਸਾਲ ਤੋਂ ਪਿਛਲੇ ਸਾਲ ਇਹ ਕਰ ਦਿੱਤਾ ਕਿ ਜਿਹੜੀਆਂ 14 ਭਾਸ਼ਾ ਅਸੀਂ ਹੁਣ ਹੈਗੀਆਂ ਨੇ 24 ਉਹ ਸਾਰੀਆਂ ਭਾਸ਼ਾਵਾਂ ਚੋਂ ਹਿੰਦੀ ਤੇ ਅੰਗਰੇਜ਼ੀ ਨੂੰ ਗਰੁੱਪ ਏਰੀਆ ਭਾਸ਼ਾ ਰੱਖਤੀਆਂ ਦੂਜਿਆਂ ਨੂੰ ਗਾਉਣ ਬਣਾਤਾ ਸਾਰਿਆਂ ਨੂੰ ਔਰ ਹਿੰਦੀ ਅੰਗਰੇਜ਼ੀ ਦੂਜਿਆਂ ਕੋਲ ਵੀ ਪਤਾ ਨਾਲ ਲਿਖਤਾ ਕਿ 11ਵੀਂ ਜਾਂ 10ਵੀਂ ਤੇ 12ਵੀਂ ਤੁਸੀਂ ਉਤਨੇ ਚੋਂ ਇੱਕ ਭਾਸ਼ਾ ਲਓ ਇੱਕ ਥੱਲੇ ਵਾਲਾ ਚੁਣੋ ਯਾਨੀ ਕਿ ਜੇ ਕੋਈ ਅੰਗਰੇਜ਼ੀ ਤੇ ਹਿੰਦੀ ਲੈਣਾ ਚਾਹੁੰਦਾ ਦੋਨਾਂ ਨੂੰ ਅੰਗਰੇਜ਼ੀ ਹਿੰਦੀ ਚੁਣ ਲੈ ਜਾਂ ਕੱਢੀ ਅੰਗਰੇਜ਼ੀ ਚੁਣ ਲੈ ਜਾਂ ਕੱਢੀ ਹਿੰਦੀ ਚੁਣ ਲੈ ਬਾਕੀ ਚੁਣਨ ਦੀ ਲੋੜ ਹੀ ਨਹੀਂ ਜਾਂ ਤੁਸੀਂ ਛੱਡਿਆ ਨੂੰ ਗਾਉਣ ਜਦ ਕਿ ਪਹਿਲਾਂ ਉਹ ਬਰਾਬਰ ਸੀ ਗਿਆ ਉਗਣਾ ਇਸ ਵਾਇਕੇ ਹੋ ਗਿਆ ਜੀ ਇਸ ਵਾਇਕੇ ਕਿਉਂ ਹੋ ਗਿਆ ਕੈਲਕੂਲੇਟ ਕਰਕੇ ਕਰੇ اے ਐਨ ਸੀ ਆ ਕੀਨੇ ਗਿੰਤੀ ਮਿੰਤੀ ਨਾਲ ਕਰੇ ਅਬ ਇਹਨਾਂ ਸਾਰੇ ਪਾਸੋਂ ਚੱਲੇ ਲੋ ਆ ਪੰਜਾਬੀ ਵਾਲੇ ਬੋਲਦੇ ਨਹੀਂ ਇਹਨਾਂ ਨੇ ਕੀ ਹਾਲੇ ਲੱਭਿਆ ਪਿਛਲੀ ਸਰਕਾਰ ਨੇ ਹਾਲੇ ਲੱਭਿਆ ਵਿੱਚ ਕਾਨੂੰਨ ਪਾਸ ਕਰਤਾ ਕਿ ਜਿਹੜਾ 10ਵੀਂ ਚੋਂ ਪੰਜਾਬੀ ਪਾਸ ਨਹੀਂ ਕਰੂ ਉਹਨੂੰ ਸਰਟੀਫਿਕੇਟ ਨਹੀਂ ਦੇਣਾ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕਾਨੂੰਨ ਪਾਸ ਹੀ ਨਹੀਂ ਕਰ ਸਕਦੇ ਇਹ ਕਾਨੂੰਨ ਗਰ ਗਰ ਸਵਿਧਾਨਕਾ ਹੈ ਅਸਲ ਦੰਮ ਦਾ ਸਵਿਧਾਨ ਦੇ ਮੁਤਾਬਕ ਹੈ ਹੀ ਨਹੀਂ ਕੋਈ ਪ੍ਰਾਈਵੇਟ ਸਕੂਲ ਕਹਦੇ ਮੈਂ ਨਹੀਂ ਦੰਦਾ ਜਾ ਉਹ ਜਿਹੜਾ ਮੇਰਾ ਸਕੂਲ ਬੰਦ ਕਰਕੇ ਦਿਖਾਓ ਸਰਕਾਰ ਜੀ ਹਿੰਮਤ ਨਹੀਂ ਪੈ ਸਕਦੀ ਬੇਟਾ ਸਕੂਲ ਬੰਦ ਕਰ ਦੇ ਕਾਨੂੰਨ ਹੈ ਆਫਟਰ ਆਲ ਸੋ ਇਹ ਗੱਜ ਤੁਸੀਂ ਜਿਹੜੀ ਗੱਲ ਹੋਈ ਉਹ ਤਾਂ ਕਰਦੇ ਨਹੀਂ ਅਸੀਂ ਕੀ ਕਰਦੇ ਆ ਅਸੀਂ ਉਤੋਂ ਪੱਤੇ ਤੋੜਨੇ ਸ਼ੁਰੂ ਕਰ ਦਿੰਦੇ ਆ ਜਿਹੜੀ ਝਾੜਾ ਉਹਦੀ ਦੇਖਦੇ ਨਹੀਂ ਸੋ ਜਿਹੜਾ ਇਹ ਸੁਖਵਿੰਦਰ ਜਿਹੜਾ ਸਾਨੂੰ ਐਨਸੀਆਰਟੀ ਦੇ ਵਿੱਚ ਜਿਹੜਾ ਰਾਣਾ ਚੱਲ ਰਿਹਾ ਹੈ ਫਿਰ ਨਵੀਂ ਐਜੂਕੇਸ਼ਨ ਸਿੱਖਿਆ ਬਣਾਈ ਹੈ ਨਵੀਂ ਐਜੂਕੇਸ਼ਨ ਨੀਤੀ ਜਿਹੜੀ ਹੈ ਉਹਦੇ ਮੈਂ ਉਸਤੇ ਨਹੀਂ ਜਾਂਦਾ ਵੀ ਉਹ ਸਵਧਾਨਿਕ ਕੀ ਕਰਿਆ ਕੀ ਨਹੀਂ ਕਰਿਆ ਉਸਤੇ ਤੱਕ ਉਹ ਤਾਂ ਲੰਬੀਆਂ ਕਹਾਣੀਆਂ ਨੇ तरीका ਗੱਲ ਕਹਿਤੀ ਵੀ ਪੰਜਵੀਂ ਤੱਕ ਮਾਤ ਭਾਸ਼ਾ ਚ ਵਿੱਦਿਆ ਦਿੱਤੀ ਜਾਵੇ ਜਿੱਥੋਂ ਤੱਕ ਸੰਭਵ ਹੋਵੇ ਤੇ ਜਿੱਥੋਂ ਤੱਕ ਸੰਭਵ ਹੋਵੇ ਮੈਂ ਕਹਿ ਦਿੰਦਾ ਜੀ ਮੈਨੂੰ ਤਾਂ ਸੰਭਵ ਨਹੀਂ ਇਹਦਾ ਮਤਲਬ ਮਾਤ ਭਾਸ਼ਾ ਚ ਵਿੱਦਿਆ ਜ਼ਰੂਰੀ ਨਹੀਂ ਸਾਰੀ ਦੁਨੀਆ ਦੀ ਵਿਗਿਆਨ ਪੀੜਾ ਕੋ ਕੀ ਕਹਿੰਦੇ ਐ ਸਿੱਖਣ ਸਿਖਾਉਣ ਦੀ ਵਿਗਿਆਨ ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਵਿਗਿਆਨ ਉਹ ਜਿਹੜੀ ਸਾਰੀ ਦੁਨੀਆ ਦੀ ਬੱਚਿਆਂ ਨੂੰ ਸਿੱਖਣ ਸਿਖਾਉਣ ਦੇ ਵਿਗਿਆਨ ਆ ਉਹ ਤਾਂ ਕਹਿੰਦੀ ਆ ਵੀ ਮਾਤ ਭਾਸ਼ਾ ਚ ਬੰਦਾ ਅੱਗੇ ਚੱਲਦਾ ਹੈ ਹੁਣ ਸਾਡੇ ਮਾਂ ਬੋਲੀ ਭਾਸ਼ਾ ਲੈਂਦਾ ਕੀ ਹਾਲ ਹੈ ਸਾਡੇ ਮਾਂ ਬੋਲੀ ਭਾਸ਼ਾ ਲੇ ਅੰਗਰੇਜ਼ੀ ਦੇ ਸ਼ਬਦਾਂ ਨੂੰ ਫੁੱਟੇ ਵੱਡੇ ਵਿਦਵਾਨ ਅੰਗਰੇਜ਼ੀ ਦੇ ਸ਼ਬਦਾਂ ਨੂੰ ਗੁਰਮਖੀ ਦੀ ਪਿੱਛੇ ਦੇਖ ਕੇ ਪੰਜਾਬੀ ਮੰਨੀ ਜਾਂਦੇ ਨੇ ਅੱਜ ਇੱਕ ਵੱਡੇ ਵਿਦਵਾਨ ਨੇ ਲਿਖੀ ਹੋਈ ਆ ਛੋਟਾ ਜਿਹਾ ਕਿਤਾਬچہ ਜャ ਸਾਰੀ ਦੁਨੀਆ ਚ ਪ੍ਰਚਾਰ ਕਰ ਰਿਹਾ ਹੈ ਉਹ ਚ ਲਿਖਿਆ ਹੋਇਆ ਗਲੋਬਲ ਮੋਨਿਟਰਿੰਗ ਰਿਪੋਰਟ ਉਹ ਨਹੀਂ ਲਿਖਿਆ ਵੀ ਮੈਂ ਪੰਜਾਬੀ ਕਰਦੀ ਆ ਡਾਕਟਰੀ ਦੀ ਆ ਪੰਜਾਬੀ ਹੈ ਪੋਜੀਸ਼ਨ ਬਾਏ ਬਾਏ ਹੈ ਜੀ ਸੋ ਜਦ ਤੁਸੀਂ ਅੰਗਰੇਜ਼ੀ ਦੇ ਸ਼ਬਦ ਤੱਕੇ ਨਾਲ ਤੁਸੀਂ ਸ਼ਬਦ ਵਰਦੇ ਹੋ ਉਹ ਤੁਸੀਂ ਮੋਬਾਈਲ ਕੰਪਿਊਟਰ ਵੀ ਜਿਹੜੇ ਸ਼ਬਦ ਆ ਗਏ ਕਿਤੋਂ ਕਿਸੇ ਹੋਰ ਹੋ ਗਏ ਉਹਦਾ ਜ਼ਰੂਰ ਨਾਮ ਬਦਲ ਨਹੀਂ ਕਿਸੇ ਦਾ ਨਾਮ ਹੋ ਗਏ ਪੱਕੇ ਨਾਮ ਹੋ ਗਏ ਉਹ ਨਾਮ ਬਣਾਈ ਇਸ ਕਰਕੇ ਜਾਂਦੇ ਨਹੀਂ ਉਹਨਾਂ ਚ ਬਹੁਤਾ ਬਦਲਾ ਕਰਨ ਦੀ ਲੋੜ ਨਹੀਂ ਕੰਪਿਊਟਰ ਬੋਲਦੂ ਤਾਂ ਕੀ ਫਰਕ ਪੈਂਦਾ ਲੋਕ ਟਰੈਕਟਰ ਬੋਲਦੇ ਨੇ ਰੋਜ਼ ਹੁਣ ਤੁਸੀਂ ਕਹੋ ਮੈਂ ਤਾਂ ਟਰੈਕਟਰ ਨੂੰ ਕੁਝ ਹੋਰ ਕਹਿਣਾ ਹੈ ਜਿਵੇਂ ਆ ਹਿੰਦੀ ਵਾਲਿਆਂ ਨੇ ਕਰਿਆ ਤੁਹਾਨੂੰ ਪਤਾ ਵੀ ਰੇਲ ਗੱਡੀ ਦਾ ਨਾਮ ਕੀ ਹੈ ਲੋਹਪਤ ਗਾਮਨੇ ਤੇ ਪਲੇਟਫਾਰਮ ਆਪਾਂ ਕਹਿੰਦੇ ਨੇ ਪਲੇਟਫਾਰਮ ਤੁਸੀਂ ਮੰਨੋਗੇ ਪਲੇਟਫਾਰਮ ਦਾ ਕੀ ਕਰਿਆ ਲੋਪਤ ਗਾਮਣੀ ਅਮਨ ਗਾਮਨ ਵਿਸ਼ਰਾਮ ਸਥਾਨ ਸੋ ਇਹ ਇਸ ਕਰਕੇ ਜਦ ਤੁਸੀਂ ੱੱਕੇ ਨਾਲ ਟ੍ਰਾਂਸਲੇਸ਼ਨ ਕਰੋਗੇ ਇੱਕ ਮਿੰਟ ਜਦ ਤੁਸੀਂ ਜਿਹੜੀ ਉਹਦੀ ਗੁੱਲੀ ਹੈ ਪੜਾਈ ਦੀ ਇਸ ਸੇਵਿਸ ਕਿੱਥੋਂ ਨਿਕਲਦਾ ਪਾਸ ਕਰਕੇ ਨਿਕਲਦਾ ਕਿੱਥੋਂ ਹੈ ਪਾਸ ਕਰ ਨਿਕਲਦੇ ਪੜਾਈ ਦੇ ਤੌਰ ਤਰੀਕੇ ਕੀ ਨੇ ਪੜਾਈ ਦੀ ਵਿਗਿਆਨ ਕੀ ਹੈ ਸਿੱਖਣ ਸਿਖਾਉਣ ਦੀ ਵਿਗਿਆਨ ਕੀ ਹੈ ਦੂਜਾ ਇਹਦੀ ਮਾਨਸਿਕਤਾ ਕੀ ਹੈ ਸਾਈਕੋਲੋਜੀ ਜਿਹਨੂੰ ਆਪਾਂ ਕਹਿੰਦੇ ਆ ਉਹ ਕੀ ਹੈ ਹੁਣ ਨਾਲੇ ਤਾਂ ਵਿਗਿਆਨ ਬਦਲ ਦੋ ਵੀ ਜਿਹੜਾ ਪੜਾਵਾਂਗੇ ਉਹ ਪੜੀ ਜਾਣਾ ਅਗਲੇ ਨੇ ਨਾਲੇ ਸਾਈਕੋਲੋਜੀ ਬਦਲ ਦੋ ਵੀ ਉਹ ਕਹਾਣੀਆਂ ਆਈ ਜਾਂ ਸੁਣਾਈ ਜਾਓ ਵੀ ਬੰਦਾ ਆਪਣੇ ਆਪ ਹੀ ਕਹਿ ਦਈ ਹਾਂ ਜੀ ਚਾ ਮਿੱਟੀ ਤੇ ਪਾਣੀ ਪਾ ਕੇ ਮੈਂ ਠੀਕ ਹੋ ਜਾਣਾ ਹੈ ਫਰਾਂ ਨੇ ਤਾਂ ਥੋੜਾ ਕਰਾ ਕੇ ਠੀਕ ਹੋ ਜਾਣਾ ਹੈ ਹੈ ਮੈਨੂੰ ਮੇਰੀ ਕਿਸਮਤ ਹੀ ਮਾੜੀ ਆ ਇਸ ਕਰਕੇ ਮੇਰੀ ਜਿਹੜੀ ਹੈਗੀ ਆ ਹੁਣ ਅਸੀਂ ਅੱਜ ਦੇ ਵਿਗਿਆਨ ਦੇ ਯੁੱਗ 'ਚ ਇਹ ਗੱਲ ਕਰ ਰਹੇ ਹਾਂ ਜਦ ਕਿ ਅੱਜ ਤੋਂ 7-800 ਸਾਲ ਪਹਿਲਾਂ ਵਰਗੇ 1000 ਸਾਲ ਪਹਿਲਾਂ ਹੀ ਕਹੈ ਤਾ ਕਿਉਂ ਦੇ ਪਿਤਰ ਨਾ ਮੰਨੇ ਕੋਊ ਮੂਹੇ ਸਰਾਦ ਕਰਾਹੀ ਪਿਤਰ ਪੀ ਬਪਰੇ ਕਿਉਂ ਕਰ ਪਾਵੇ ਕਊਆ ਕੂਕਰ ਖਾਹੀ ਕਿ ਜੀ ਵੱਡੀ ਗੱਲ ਕਹੀ ਐ ਇਹ ਵਿਗਿਆਨ ਐ ਸੋ ਅਸੀਂ ਇਹ ਐਨਸੀਆਰਟੀ ਨੇ ਸਦੇਸ ਦੇ ਮਾਮਲੇ ਚ ਪਾਠ ਕਰਨ ਦੇ ਮਾਮਲੇ ਚ ਜਾਨਕਿ ਸਿੱਖਿਆ ਦੇ ਮੱਧਮ ਦੇ ਮਾਮਲੇ ਦੇ ਵਿੱਚ ਭਾਸ਼ਾਵਾਂ ਦੇ ਮਾਮਲੇ ਦੇ ਵਿੱਚ ਇਹ ਸਾਰੇ ਕਾਸੇ ਦੇ ਵਿੱਚ ਹੀ ਵਿਚਕਰਾ ਕਰਿਆ ਹੈ ਘਟ ਗਿਣਤੀਆਂ ਦਾ ਵਿਚਕਾਰ ਕਰਿਆ ਹੈ ਦੇਸ਼ ਲਈ ਆਜ਼ਾਦੀ ਦੀ ਬਹਿਰ ਨਾਲ ਕਿਉਂਕਿ ਜਿਹੜੇ ਰਾਜ ਕਰਦੇ ਨੇ ਉਹਨਾਂ ਨੇ ਆਜ਼ਾਦੀ ਦੀ ਬਹਿਰ ਤਾਂ ਕੋਈ ਪੂਰਾ ਉਂਗਲ ਵੀ ਵੜਾਈ ਉਹਨਾਂ ਨੇ ਕਿਹਾ ਅੰਡੇਮਾਨ ਨਿਕੋਬਰ ਨੂੰ ਵੀ ਬਦਲਤਾ ਅੰਡੇਮਾਨ ਨਿਕੋਬਰ ਦੀ ਜਿਹੜੀ ਜੇਲ ਹੈ ਸੈਂਟਰਲ ਜੇਲ ਉਹਦਾ ਇਸ ਤਰ੍ਹਾਂ ਦਾ ਬਦਲਿਆ ਹੋਇਆ ਉੱਥੇ ਇਸ ਤਰ੍ਹਾਂ ਦਾ ਮੈਨੂੰ ਪਰਸੇ ਨਹੀਂ ਸੁਣਾਇਆ ਕਿਸੇ ਨੇ ਵੀ ਉੱਥੇ ਹਾਲ ਕੀ ਹੈ ਉਹਦਾ ਗਾਹ ਚੈਪਟਰ ਫਾਦ ਦੇਣਗੇ ਉਹਦੇ ਫਿਰ ਵੀ ਰਿਸੋਲਵ ਕਰੋ ਤੇ ਜਿਹੜੇ ਚਾਰ ਵਾਰੀ ਮਾਫੀ ਮੰਗ ਕੇ ਆਏ ਤੇ ਉਹ ਉੱਥੇ ਲੀਡਰ ਹੋਣਗੇ ਵੀ ਦੇਖੋ ਜੀ ਅੰਡੇਮਾਨ ਨੇਕੋ ਬਰਦੇਵਿੱਤ ਤਾਂ ਵੀ ਸਵਰਕ ਬੜੇ ਸੀ ਜਿਹੜੇ ਸਾਡੇ ਗਦਰੀ ਬਾਬੇ ਬਬਰਕਾਢੀ ਜਿਹੜੇ ਸਾਡੇ ਏਡੇ ਏਡੇ ਲੀਡਰ ਜਿਹੜੇ ਸੀ ਉਹ ਜਿਨ੍ਹਾਂ ਚ ਰਹੇ ਹਾਂ ਬੇੜੀਆਂ ਚ ਰਹੇ ਉਹਨਾਂ ਦਾ ਕਿਤੇ ਨਾਂ ਨਿਸ਼ਾਨੀ ਹੋਏਗਾ ਜਾਂ ਹੋਏਗਾ ਦੋ ਨੰਬਰ ਦਾ ਸੋ ਇਸ ਕਰਕੇ ਇਸ ਸਵੇਰ ਜਾਣ ਕੇ ਦਰਜਾ ਰਿਹਾ ਹੈ ਇਹਦੇ ਉੱਤੇ ਮਾਨੋਟੀ ਨੂੰ ਬੋਲਣਾ ਪਏਗਾ ਔਰ ਜਿਹੜੇ ਸਿਲੇਬਸ ਨੂੰ ਬਦਲਦੇ ਨੇ ਜਿਹੜੇ ਅਨੰਦਪੁਰ ਦੇ ਮਤੇ ਨੂੰ ਬਕਵਾਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਅਨੰਦਪੁਰ ਦਾ ਮਤਾ ਬਿਲਕੁਲ ਨਹੀਂ ਬਕਵਾਦੀ ਨਹੀਂ ਮੈਨੂੰ ਕਹਿੰਦੇ ਕੋਈ ਝਿਜਕ ਨਹੀਂ ਆਇਆ ਇਹ ਗੱਲ ਵੱਖਰੀ ਹੈ ਬੇਕਾਰੀਆਂ ਦਾ ਆਪਦਾ ਹੀ ਹੀਜ ਪਿਆ ਜੋ ਉਗੜ ਗਿਆ ਕਿ ਇਹਨਾਂ ਨੇ ਮੰਗਣਾ ਛੱਡ ਹੀ ਦਿੱਤਾ ਕਿਉਂਕਿ ਇਹ ਵੀ ਵਪਾਰੀ ਬਣ ਗਏ ਆਨੰਦਪੁਰ ਦਾ ਮਤਾ 1946 ਦੇ ਜਿਹੜਾ ਕਾਵਨ ਮਿਸ਼ਨ ਪਲਾਂਤੀ ਉਹ ਤੋਂ ਕੋਈ ਬਾਹਰ ਨਹੀਂ ਹੈ ਬਲਕਿ ਉਹਦੋਂ ਥੋੜਾ ਨਰਮੀ ਹੈ ਰਾਜਾਂ ਨੂੰ ਉਹਨਾਂ ਦੇ ਪ੍ਰਫੁੱਲਰ ਦਿਖਾਉਣ ਦਾ ਅਧਿਕਾਰ ਹੋਵੇ ਇਸੇ ਕਰਕੇ ਤਾਂ ਸੰਵਿਧਾਨ ਚ ਲਿਖਿਆ ਆਫ ਦੈਟ ਇੰਡੀਆ ਇਜ਼ ਅ ਸਟੇਟ ਯੂਨੀਅਨ ਆਫ ਸਟੇਟਸ ਉਹ ਯੂਨੀਅਨ ਆਫ ਸਟੇਟਸ ਹੈ ਸੋ ਇਸ ਕਰਕੇ ਅੱਜ ਦੇਸ਼ ਦੇ ਵਿੱਚ ਇੱਕ ਬਦਰਾਦ ਹੀ ਰੋੜ ਹੈ ਆਪਾਂ ਆ ਗੱਲਾਂ ਤਾਂ ਠੀਕ ਹੈ ਤੁਹਾਡੀ ਗੱਲ ਚਿੰਤਾ ਦਾ ਵਿਸ਼ਾ ਇਹ ਕਹਿ ਵੀ ਦਿੱਤੀ ਹੈ ਕਿ ਇਹ ਪੰਜਾਬ ਵਾਲਿਆਂ ਨੂੰ ਵੀ ਨਹੀਂ ਪਤਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਰੋੜਾ ਰੋੜਾ ਜੰਨਾ ਮਰਜੀ ਪਾ ਲੈਣਾ ਜੇ ਇਸ ਦੇ ਉੱਤੇ ਗੱਲ ਕਰਕੇ ਹੁਣ ਨੂੰ ਪੰਜਾਬੀ ਜਿਹੜੀ ਹੈ ਉਹਨੂੰ ਗੌਣ ਭਾਸ਼ਾ ਦੀ ਵੀ ਜਾਂ ਮੁੱਖ ਭਾਸ਼ਾ ਵੀ ਬਣਵਾ ਸਕਦੇ ਸੀ ਇਹਨਾਂ ਨੇ ਨਹੀਂ ਬਣਵਾਈ ਕਿਉਂਕਿ ਇਹ ਤਾਂ ਕਾਕ ਤੁੱਕੀ ਬੜੇ ਪਕਾਉਣਾ ਚਾਹੁੰਦੇ ਨੇ ਪਹਿਲਾਂ ਕਾਂਗਰਸ ਸਰਕਾਰ ਸੀ ਹੁਣ ਆਪ ਆਲੇ ਨੇ ਕੱਲ ਨੂੰ ਕਾਢੀ ਵੀ ਆ ਜਾਣ ਉਹ ਵੀ ਇਹੀ ਕੁਝ ਕਰਨਗੇ ਇਹ ਕੋਈ ਐ ਨਹੀਂ ਹੈ ਵੀ ਆਪਾਂ ਪ੍ਰੇਖਣਾ ਨਾ ਰੱਖੀਏ ਸੋ ਇਹ ਠੀਕ ਹੀ ਹੈ ਇੱਥੇ ਦੇ ਜਿਹੜੇ ਬਹੁਤ ਸਾਰੇ ਲੋਕ ਨੇ ਕਿਉਂਕਿ ਉਹਨਾਂ ਨੂੰ ਕੇਂਦਰ ਪੈਸਾ ਦਿੰਦਾ ਹੈ ਪੈਸਾ ਦੇਣ ਨੂੰ ਤਿਆਰ ਉਹ ਆਪਣਾ ਮੋਡਪੋਨ ਨੂੰ ਤਿਆਰ ਨਹੀਂ ਜਿਹੜਾ ਬੰਦਾ ਮੋਡਪੋਨ ਤਿਆਰ ਉਹ ਜਿਹੜਾ ਮਰਗੀ ਲਖਾ ਲੋ ਆ ਬਥੇਰੇ ਬੁੱਧੀਜੀਵੀ ਲਿਖ ਦਿੰਦੇ ਨੇ ਜੋ ਤੁਸੀਂ ਚਾਹੋ ਉਹ ਲਿਖ ਦੇਣਗੇ ਉਹ ਹੀ ਜੇ ਨਤੀਜਾ ਕੱਢ ਦੇਣਗੇ ਵੀ ਅਸੀਂ ਕੋਸ਼ਿਸ਼ ਕਰੀ ਹੈ ਜੀ ਸੋ ਇਹਨਾਂ ਗੱਲਾਂ ਚਾਤ ਨਾ ਜਾਈਏ ਪਰ ਅੱਜ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਦੀ ਏਕਤਾ ਨੂੰ ਬਚਾਉਣ ਵਾਸਤੇ ਜਿਹੜੀ ਏਕਤਾ ਕਹਿੰਦੇ ਨੇ ਦੇਸ਼ ਦੀ ਏਕਤਾ ਸਾਡੀ ਅਨੇਕਤਾ ਦੇ ਵਿੱਚ ਹੈ ਆਖਰੀ ਗੱਲ ਕਹਿ ਕੇ ਮੈਂ ਆਪਣੀ ਗੱਲ ਖਤਮ ਕਰਾਂਗਾ ਇਹਨਾਂ ਨੂੰ ਇਹ ਪਰੇਖਾ ਹੈ ਵੀ ਮinority ਸਾਨੂੰ ਤੰਗ ਕਰ ਰਹੀਆਂ ਨੇ ਮੈਂ ਸਿੱਖ ਕਮਿਊਨਿਟੀ ਦੀ ਗੱਲ ਨਹੀਂ ਕਰਾਂਗਾ ਕਿ ਅਸੀਂ ਕੀ ਕੁਰਬਾਨੀਆਂ ਕਰੀਆਂ ਨੇ ਜਾਂ ਪੰਜਾਬੀਆਂ ਨੇ ਕੀ ਕਰੀਆਂ ਨੇ ਫਿਰ ਕਹਿੰਗੇ ਰੋਜ਼ ਇਹ ਹੀ ਗੱਲ ਇਹ ਹੀ ਗੋਣਾ ਗੰਦਾ ਰਹਿੰਦਾ ਰਹਿੰਦਾ ਮੈਂ ਮinority ਦੀ ਗੱਲ ਕਰਦਾ ਜਿੱਥੇ ਕਹਿੰਦੇ ਨੇ ਵੀ ਇੱਥਾਰਾ ਹਿੰਦੂਆਂ ਦਾ ਪਹਿਲਾਂ ਹੀ ਭਰਿਆ ਪਿਆ 82% ਆਦੀ ਹਿੰਦੂਆਂ ਦੀ ਤੁਸੀਂ ਐਵੇਂ ਹੀ ਸਾਨੂੰ ਤੰਗ ਕਰ ਦੋ ਸਾਡੇ ਕੋਲ ਤਾਂ ਜ਼ਮੀਨ ਪਹਿਲਾਂ ਹੀ ਨਹੀਂ ਇਹ ਇਹ ਕਹਿੰਦੇ ਨੇ ਇਹਦਾ ਜਵਾਬ ਮੇਰੇ ਬਾਬੇ ਗੁਰੂ ਨਾਨਕ ਨੇ बनारस ਦੇ ਵਿੱਚ ਪੰਡਤਾਂ ਨੇ ਦਿੱਤਾ ਸੀ ਉਹੀ ਜਵਾਬ ਐ ਇਹਨਾਂ ਨੂੰ ਦੱਸਣਾ ਚਾਹਣਾ ਉਹ ਹੋ ਉਹਨਾਂ ਪੰਛੀ ਚਿਕ ਲੈਣਾ ਜਦ ਗੁਰੂ ਸਾਹਿਬ ਉੱਥੇ ਗਏ ਤਾਂ ਪੰਡਤਾਂ ਨੇ ਇੱਕ ਦੁੱਧ ਦਾ ਕਟੋਰਾ ਪਰ ਕੇ ਪਈ ਤਾਂ ਨਕੋ ਨਕ ਸਮਝ ਨਾ ਸਮਝ ਕਿ ਸੀ ਨਹੀਂ ਸਮਝੇ ਮਤਲਬ ਇਹ ਸੀ ਵੀ ਇੱਥੇ ਤਾਂ ਪਹਿਲਾਂ ਹੀ ਬਹੁਤ ਸਾਧੂ ਨੇ ਤੂੰ ਨਵੇਂ ਕਿੱਥੋਂ ਆ ਗਏ ਤੂੰ ਤਾਂ ਜਗ੍ਹਾ ਹੀ ਨਹੀਂ ਹੈ ਐਨ ਕਟੋਰਾ ਉੱਤਨੀ ਪਰ ਕੇ ਪਈ ਤਾਂ ਦੇਖੇ ਚਲੇ ਗਏ ਇੰਕੀ ਬਾਬਾ ਨਾਨਕ ਨੂੰ ਕੋਣ ਸਿਖਾਉਣ ਆਲਾ ਸੀ ਬਾਬਾ ਨਾਨਕ ਨੇ ਇੱਕ ਛੋਟਾ ਜਿਹਾ ਫੁੱਲ ਤੋੜਿਆ ਉਹਦੇ ਉੱਤੇ ਰੱਖਤਾ ਕਹਿੰਦਾ ਬਾਬਾ ਨਾਨਕ ਨੇ ਦੱਸਤਾ ਵੀ ਤੁਹਾਡੇ ਕਟੋਰੀੇ ਚ ਵੀ ਅਸੀਂ ਸਮਾਰਾਂਗੇ ਇਹ ਜੀ ਤੁਹਾਨੂੰ ਨਹੀਂ ਦਿੱਸਦਾ ਲੋ ਕਰਦੇ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਜਿਹੜੀਆਂ ਮਿਨੋਰਟੀਜ਼ ਨੇ ਉਸ ਦੁੱਧ ਦੇ ਕਟੋਰੀੇ ਦੇ ਉੱਤੇ ਫੁੱਲ ਨੇ ਇਹਨਾਂ ਨੂੰ ਫੁੱਲ ਸਮਝ ਨਹੀਂ ਆਉਂਦਾ ਨਾ ਨਜ਼ਰ ਆਉਂਦਾ ਇਹਨਾਂ ਨੂੰ ਕਟੋਰਾ ਹੀ ਦੇਖਦਾ ਵੀ ਸਾਡਾ ਕਟੋਰਾ ਹੈ ਇਹ ਦੇਖਦੇ ਨਹੀਂ ਕਟੋਰੀੇ 'ਚ ਫੁੱਲ ਕਿੰਨਾ ਸੋਹਣਾ ਕਜੂਬਾ ਹੈਗਾ ਸੋਣਾ ਕਿੰਨਾ ਲੱਗੇਗਾ ਕਿੰਨਾ ਫਰਕ ਹੋਏਗਾ ਉਹਦੇ ਨਾਲ ਉਹ ਕਟੋਰੇ ਦਾ ਰੂਪ ਹੀ ਨਵਾਂ ਹੋ ਜਾਏਗਾ ਇਹਨਾਂ ਨੂੰ ਪਤਾ ਹੁੰਦਾ ਜੀ ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਆਖਰੀ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕੁਝ ਮੁਲਕਪਾਰ ਦੀ ਸਿਆਸਤ ਚੱਲ ਰਹੀ ਆ ਕਾਂਗਰਸ ਇਹਨਾਂ ਮੁੱਦਿਆਂ ਦੇ ਉੱਤੇ ਬੋਣੀ ਨਜ਼ਰ ਆਉਂਦੀ ਆ ਜੋ ਮੇਰਾ ਜੀ ਬਾਕੀ ਤੁਸੀਂ ਵਿਦਵਾਨੋ ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਆਮ ਆਦਮੀ ਪਾਰਟੀ ਇੱਕ ਸਵਾਲ ਲੈ ਕੇ ਆਈ ਕਿ ਪ੍ਰਧਾਨ ਮੰਤਰੀ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਉਹ ਕਹਿੰਦੇ ਜੇ ਪੜ੍ਹੇ ਹੋਏ ਹੁੰਦੇ ਤੇ ਇਹੋ ਜਿਹੀਆਂ ਮੁਸੀਬਤਾਂ ਨਹੀਂ ਸੀ ਹੋਣੀਆਂ ਫਿਰ ਉਹਨਾਂ ਦੇ ਡਿਗਰੀਆਂ ਦਾ ਰੌਲਾ ਖੜਾ ਹੋ ਗਿਆ ਉਹ ਕਹਿੰਦੇ ਕਿ ਅਸੀਂ ਇਹਦੇ ਬਦਲ ਵੱਜੋਂ ਸਿੱਖਿਆ ਤੇ ਸਿਹਤ ਦਾ ਜਿਹੜਾ ਉਹ ਮਾਡਲ ਲੈ ਕੇ ਆਏ ਆ ਪੰਜਾਬ 'ਚ ਵੀ ਯੋਗਾ ਕਲਾਸਾਂ ਸ਼ੁਰੂ ਹੋ ਗਈਆਂ ਨੇ ਇਹਦੇ ਸਾਹਮਣੇ ਕੁਝ ਸਹੀ ਮੰਨ ਸਕਦੇ ਆ ਕਿ ਕਾਂਗਰਸ ਬੋਣੀ ਆ ਹੋ ਗਈ ਇਹਨਾਂ ਮਸਲਿਆਂ ਦੇ ਉੱਤੇ ਉਸ ਕਿਸਮ ਦੀ ਆਵਾਜ਼ ਨਹੀਂ ਬਣ ਸਕੀ ਆਮ ਆਦਮੀ ਪਾਰਟੀ ਉਹਦੇ ਬਦਲ ਵੱਜੋਂ ਦੇਖੀ ਜਾਂਦੀ ਆ ਇਸੇ ਕਰਕੇ ਦੇਖੋ ਪਿਛਲੀ ਗੱਲ ਤੋਂ ਮੈਂ ਵੀ ਇੱਕ ਬੇਨਤੀ ਕਰਾਂਗਾ ਮੈਂ ਕੋਈ ਵਿਦਵਾਨ ਨਹੀਂ ਹਾਂ ਮੈਂ ਤਾਂ ਇੱਕ ਸਧਾਰਨ ਜਿਹਾ ਬੰਦਾ ਸੱਚੀ ਗੱਲ ਹੈ ਇਹ ਔਰ ਮੈਨੂੰ ਇਹ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਜੇ ਮੇਰੇ ਵਰਗੇ ਮੂਰਖ ਨੂੰ ਲੋਕ ਵਿਦਵਾਨ ਸਮਝਦੇ ਨੇ ਤਾਂ ਫਿਰ ਭਾਰਤ ਦਾ ਹਾਲ ਕੀ ਹੋਏਗਾ ਇਹ ਤਾਂ ਆਪਕੇ ਹਿਸਾਬ ਨਾਲੋ ਇਹਦਾ ਮਤਲਬ ਵਿਦਵਾਨ ਤਾਂ ਹੈ ਹੀ ਨਹੀਂ ਭਾਰਤ 'ਚ ਅੱਜ ਤਾਂ ਮੜੇ ਮੋਢਾ ਇਹ ਦੋ ਦੋ ਚੱਕਤਾਂ ਬੰਦੇ ਦੇਖ ਕੇ ਬੋਢਣ ਵਾਲੇ ਨੇ ਬਸ ਉਹਨਾਂ ਨੂੰ ਹੀ ਵਿਦਵਾਨ ਸਮਝਿਆ ਜਾਂਦਾ ਸੱਚੀ ਗੱਲ ਕਹਿਣਾ ਮੈਂ ਹੈ ਮੈਂ ਕੋਈ ਉਸਨਾਲ ਨਹੀਂ ਕਹਿਣਾ ਮੈਂ ਵਿਦਵਾਨ ਆਪਦੇ ਸਕੂਲ ਅਧਿਆਪਕ ਵੀ ਦੇਖੇ ਨੇ ਜਿਹੜੇ ਵਿਦਵਤਾ ਸੀ ਜਿੱਨਾ 'ਚ ਵਿਦਵਾਨ ਬਦੂ ਹੁੰਦਾ ਹੈ ਨਹੀਂ ਕੋਈ ਇਦੂ ਅੱਗੇ ਜਿਹੜਾ ਸਵਾਲ ਹੈ ਕਿ ਜੀ ਪ੍ਰਧਾਨ ਮੰਤਰੀ ਪੜਿਆ ਲਿਖਾ ਹੁੰਦਾ ਜੀ ਕੇ ਜੀਵੰਤ ਪੜੇ ਲਿਖੇ ਨੇ ਨਾ ਨਰਸਿਮਹਾ ਰਾਓ ਜੀ ਤਾਂ ਬਹੁਤ ਪੜੇ ਲਿਖੇ ਸੀ ਵੱਡੇ ਵੱਡੇ ਵਿਦਵਾਨ ਸੀਗੇ ਉਹਨਾਂ ਨੇ ਦੇਸ਼ ਵੇਚਿਆ ਸੀ ਉਹਨਾਂ ਨੇ ਗੈਟ ਦੇ ਸੰਦਰਭ ਤੱਕ ਲਾਈਨ ਕਰੇ ਸੀ ਅਸੀਂ 480 ਪੇਜ ਦੀ ਕਿਤਾਬ ਸੀ ਹੈ ਗੈਟ ਦੀ ਅਸੀਂ ਨੇ ਕਾਪੀਆਂ ਕਰਾ ਕੇ ਵੰਡੀਆਂ ਕਰੇ ਕਰੇ ਆਂ ਤੀਨੂ ਵੀ ਨਾ ਪਾਸ ਹੋਣਦੇ ਉਹ ਪਰ ਫਿਰ ਵੀ ਪਾਸ ਕਰ ਲਿਆ ਇਹਨਾਂ ਨੇ ਮਨਮੋਹਨ ਸਿੰਘ ਜੀ ਤਾਂ ਬਹੁਤ ਵੱਡੇ ਪੜੇ ਹੋਏ ਸੀ ਨਾ ਉਦੋਂ ਵੀ ਪ੍ਰਧਾਨ ਮੰਤਰੀ ਸੀਗੇ ਸੋ ਇਸ ਕਰਕੇ ਆਪਾਂ ਇਹ ਤਾਂ ਛੱਡ ਦਈਏ ਜਿਹੜੀ ਪ੍ਰਾਈਮ ਮਿਨਿਸਟਰੀ ਪ੍ਰਾਈਮ ਮਿਨਿਸਟਰ ਜਾ ਕੇ ਸਕੂਲ ਚ ਪੜਾਣੇ ਪ੍ਰਾਈਮ ਮਿਨਿਸਟਰ ਪੜਿਆ ਹੋਣਾ ਨਾ ਪੜਿਆ ਹੋਇਆ ਮਹਾਰਾਜਾ ਕੁਰਾਨ ਪੜ੍ਹਤੀ ਮਹਾਰਾਜਾ ਜੀ ਸਿੰਘਾਂ ਪੜ੍ਹਤੀ ਜਨ ਜੱਲ ਸਿੰਘ ਕਿੰਨਾ ਪੜਿਆ ਹੋਇਆ ਸੀ ਸਵਾਲ ਪੜ੍ਹਾਈ ਦਾ ਨਹੀਂ ਹੈ ਸਵਾਲ ਤੁਹਾਡੀ ਇੱਛਾ ਦਾ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਇੱਥੇ ਪ੍ਰਾਈਮਸੀ ਜਿਹੜੀ ਇਹ ਉਲ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਧੱਕੇ ਨਾਲ ਕਹਿਣਾ ਸ਼ੁਰੂ ਕਰਤਾ ਮੈਂ ਤਾਂ ਇਹ ਕਰੀ ਹੋਈ ਹੈ ਕਹਿੰਦੇ ਕਿ ਉਹਦਾ ਨਾ ਕਰੀ ਹੋਇਆ ਹੈ ਮੈਂ ਸੰਵਿਧਾਨਕਾ ਕਿਤੇ ਲਿਖਿਆ ਨਹੀਂ ਅੱਜ ਤੇ ਭਗਵੰਤ ਜੀ ਨੇ ਕਹਿੰਤਾ ਸੀ ਬੀਗ ਗਵਰਨਰ ਸਾਹਿਬ ਦੱਸਣ ਵੀ ਇਹਨਾਂ ਦੀ ਕੁਆਲਿਫਿਕੇਸ਼ਨ ਕੀ ਹੈ ਗਵਰਨਰ ਦੀ ਕੁਆਲਿਫਿਕੇਸ਼ਨ ਸਭ ਤਾਂ ਅੰਤ ਲਿਖੀ ਹੈ ਵੀ ਉਹ 35 ਸਾਲ ਤੋਂ ਵੱਧ ਉਮਰ ਹੋ ਕੇ 35 ਸਾਲ ਜਾਂ 35 ਸਾਲ ਤੋਂ ਵੱਧ ਹੁੰਦੇ ਹੋਣੇ ਚਾਹੀਦੀ ਹੈ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਾਨੀ ਕਿ ਤੇ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਆਹ ਕੁਆਲਿਫਿਕੇਸ਼ਨ ਹੈ ਇਹੀ ਪ੍ਰਾਈਮ ਮਿੰਿਸਟਰ ਵਾਸਤੇ ਹੁਣ ਇਹ ਭਗਵੰਤ ਮਾਨ ਹੋਰੀ ਸਭਦੰਤੋਂ ਵੀ ਉੱਪਰ ਹੋਗੇ ਇਹ ਕਹਿਣਾ ਪੜੇ ਲਿਖਿਆ ਸਾਰੇ ਪੜ੍ਹੇ ਲਿਖੀ ਚੜਾਉਂਦੇ ਨੇ ਸਰਕਾਰਾਂ ਨੂੰ ਫਿਰ ਇਹਨਾਂ ਭ੍ਰਿਸ਼ਟਾਚਾਰ ਕਿਉਂ ਹੈ ਐਨੀ ਠੱਗੀਆਂ ਕਿਉਂ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਕੋਈ ਕੋ ਵਾਈ ਚਾਂਸਲਰ ਰਜਿਸਟਰਾਰ ਕੰਟਰੋਲਰ ਚਲਾ ਰਹੇ ਨੇ ਜਿਹੜੇ ਬਹੁਤ ਪੜੇ ਹੋਏ ਨੇ ਅਬ ਜਨ ਦੇ ਵਿਸ਼ੇ ਦੇ ਮਾਹਰ ਨੇ ਜਿੰਨਾ ਕਹਿਰ ਕਾਫੀ ਉਹਨਾਂ ਨੇ ਕਰੀਆ ਉਹਨਾਂ 'ਚ ਕੋਈ ਹੋਰ ਕਰਦਾ ਹੀ ਨਹੀਂ ਸਾਰੀ ਸਰਕਾਰ ਨੂੰ ਬਿਊਰੋਕ੍ਰੇਸੀ ਸਾਰੀ ਪੜੀ ਲਿਖੀ ਆ ਆਈਏਐਸ ਆਈਪੀਐਸ ਡਾਕਟਰ ਇੰਜੀਨੀਅਰ ਸਾਰੀ ਬਿਊਰੋਕ੍ਰੇਸੀ ਪੜੀ ਲਿਖੀ ਆ ਆ ਹਸਪਤਾਲਾਂ 'ਚ ਤਾਂ ਡਾਕਟਰ ਪੜੇ ਲਿਖੇ ਬੈਠੇ ਨੇ ਫੇਰ ਕਾਰ ਕਾਫੀ ਨਹੀਂ ਹੋ ਰਹੀ ਤਸੀਦਿਆਂ 'ਚ ਤਾਂ ਸਾਰੇ ਤਸੀਦਦਾਰ ਪੜੇ ਹੋਏ ਨੇ ਫੇਰ ਕਾਰ ਕਾਫੀ ਨਹੀਂ ਹੋ ਰਹੀ ਸੋ ਇਹ ਕਹਿਣਾ ਇਹ ਦੁਕਾਨ ਨੂੰ ਘਮਰਾ ਕਰਨੀ ਕਰਦਾ ਵੀ ਪੜੇ ਲਿਖੇ ਹੋਣ ਕੇ ਤਾਂ ਬੰਦੇ ਸਿਆਣੇ ਹੋ ਜਾਣਗੇ ਪੜੇ ਲਿਖੇ ਆਪਦੀ ਸਰਦਾਰੀ ਜਮਾਣਾ ਚਾਹੁੰਦੇ ਨੇ ਦੂਜਾਂ ਤੇ ਬਈ ਗੱਲ ਸਿਆਣਾ ਹੋਣਾ ਚਾਹੀਦਾ ਬੰਦਾ ਇਨਸਾਫ ਪਸੰਦ ਹੋਣਾ ਚਾਹੀਦਾ ਪੜੇ ਲਿਖੇ ਉਹਦੇ ਕੋਲ ਬਥੇਰੇ ਨੌਕਰ ਆ ਜਾਣਗੇ ਇੱਕ ਛੋਟੀ ਜੀ ਇਹਦੀ ਜਮਾ ਦੱਸਣਾ ਤਿੰਨ ਬੱਚੇ ਤੇ ਨੌਰ ਤਾਂ ਪ੍ਰੈਗਨੈਂਟ ਸੀਗੀਆਂ ਉਹਨਾਂ ਦੀ ਬਹਿਸ ਹੋ ਗਈ ਵੀ ਛੋਡਾ ਬੱਚਾ ਕਿ ਹੋ ਜਾ ਹੋਵੇ ਇੱਕ ਕਹਿੰਦੀ ਮੇਰਾ ਬੱਚਾ ਵਿਦਵਾਨ ਹੋਵੇ ਤੁਜੀ ਕਹਿੰਦੀ ਮੇਰਾ ਬੱਚਾ ਜਿਹੜਾ ਉਹ ਪਹਿਲਵਾਨ ਹੋਵੇ। ਕੀ ਜੀ ਕਹਿੰਦੀ ਜਿਹੜਾ ਮੇਰਾ ਬੱਚਾ ਹੈ। ਉਹੋ ਅਰਾਜਾ ਹੋਵੇ। ਉਹ ਕਹਿੰਨ ਲਗੀ ਵੀ ਮੇਰਾ ਚੰਗਾ ਹੈ ਮੇਰਾ ਚੰਗਾ ਇੱਕ ਸਾਧੂ ਕੋਲ ਚਲੇ ਗਏ ਵਿਦਵਾਨ ਕੋਲੇ ਵੀ ਦੱਸੋ ਜੀ ਵਾਰ ਕੀ ਦਾ ਚੰਗਾ ਹੈ। ਉਹ ਕਹਿੰਨ ਆ ਵੀ ਆ ਰਾਜੇ ਵਾਲੀ ਚੰਗਾ। ਉਹਨੇ ਕਿਹਾ ਸੱਚੋ ਹਾਂ ਉਹਨੇ ਕਿਹਾ ਵੀ ਕੋਈ ਨਹੀਂ ਟਾਈਮ ਆਏ ਤੋ ਦੇਖੋ ਟਾਈਮ ਆ ਗਿਆ ਟਾਈਮ ਆ ਗਿਆ ਉਹ ਰਾਜੇ ਆਲਾ ਰਾਜਾ ਬਣ ਗਿਆ ਉਹਨੇ ਵਿਦਵਾਨ ਨੂੰ ਵੀ ਆਪਦੇ ਕੋਲ ਰੱਖ ਲਿਆ ਤੇ ਪਹਿਲਵਾਨ ਨੂੰ ਵੀ ਰੱਖ ਲਿਆ ਆਪਦਾ ਸਿਕਿਉਰਿਟੀ ਗਾਰਡ ਇੰਚਾਰਜ ਬਣਾਤਾ ਸਾਰੀ ਸਿਕਿਉਰਿਟੀ ਦਾ ਉੱਥੇ ਖੜੇ ਨੇ ਗੰਨਿਆਂ ਨੂੰ ਜਾ ਕੇ ਉਹ ਜਿੰਨੇ ਰਾਜਾ ਬਣ ਗਿਆ ਸੀ ਕਿਨੇ ਦੇਖਿਆ ਥੋ ਰਾਜ ਸੱਤਾ ਦੇ ਵਿੱਚ ਪੜਾਈ ਨਾ ਪੜਾਈ ਦਾ ਨਹੀਂ ਹੈ ਪੜਾਈ ਵਾਲੇ ਤਾਂ ਸਰ ਜਿੰਨੇ ਮਰਜੀ ਮੋਢਾ ਲੈ ਲੋ ਵਿਦਵਾਨ ਜਿੰਨੇ ਮਰਜੀ ਮੋਢਾ ਲੈ ਲੋ ਜਿੰਨੇ ਮਰਜੀ ਤੁਸੀਂ ਪਹਿੜਵਾਨ ਮੋਢਾ ਲੈ ਲੋ ਸਵਾਲ ਇਹ ਹੈ ਕਿ મોદી ਸਾਹਿਬ ਨੇ ਗਲਤੀ ਇੱਥੇ ਕਰੀ ਆ ਉਹਨਾਂ ਦੀ ਪਾਰਟੀ ਨੇ ਗਲਤੀ ਇੱਥੇ ਕਰੀ ਆ ਜਦ ਇਹ ਜਿੱਦ ਕਰਨ ਲੱਗੇ ਵੀ ਇਹਨਾਂ ਤਾਂ ਐਮਏ ਕਰੀ ਹੋਈ ਹੈ ਜੀ ਉਹ ਫਿਰ ਡਿਗਰੀਆਂ ਝੂਠੀਆਂ ਦਿਖਾਉਣ ਇਹ ਮਾੜੀ ਗੱਲ ਹੈ ਮਾੜੀ ਗੱਲ ਇਹ ਨਹੀਂ ਹੈ ਕਿ મોદી ਸੱਪੜੇ ਨਹੀਂ ਹੋਏ ਇਹ ਮਾੜੀ ਗੱਲ ਹੈ ਕਿ ਤੁਸੀਂ ਇੱਕ ਇੱਕ ਜਣ ਫਿਰ ਟੀਚਰਾ ਹੋਣ ਲੱਗ ਗਿਆਂ ਵੀ મોદી ਸਾਹਿਬ ਨੇ ਐਮਏ ਕਰਿਆ ਹਾਂ ਜੀ ਕਹਿੰਦੇ ਐਮਏ ਕਰਿਆ ਤੁਹਾਨੂੰ ਪਤਾ ਨਹੀਂ ਉਹਨਾਂ ਨੇ ਬੀਏ ਵੀ ਕਰੀ ਹੋਈ ਹੈ ਕੀ ਜਕਣਾ ਲਾ 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 ਤੁਸੀਂ ਐਵੇਂ ਕਹੀ ਜਾਂਦੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਤਾਂ 10ਵੀਂ ਵੀ ਪਾਸ ਕੀਤੀ ਹੋਈ ਐ ਮੈਟ੍ਰਿਕ ਵੀ ਕਰੀ ਹੋਈ ਐ ਇਹ ਟੀਚਣਾ ਤਾਂ ਸ਼ੁਰੂ ਹੋਈਆਂ ਕਿ ਤੁਸੀਂ ਝੂਠ ਬੋਲਣਾ ਸ਼ੁਰੂ ਕਰਤਾ ਗਲਤ ਬਿਆਨੀ ਸ਼ੁਰੂ ਕਰਤੀ ਜਾਂ ਤੁਸੀਂ ਉਹਨੂੰ ਸਾਬਤ ਕਰੋ ਉਹਦੀ ਕੰਟਰੋਲ ਹੁਣ ਇਹ ਕੰਟਰੋਵਰਸੀ ਕਿਉਂ ਨੇ ਮੋਦੀ ਸਾਹਿਬ ਦੇ ਡਿਗਰੀ ਬਾਰੇ ਜੋ ਕਿਹਾ ਚੰਗਾ ਨਹੀਂ ਹੈ ਮਾੜੀ ਗੱਲ ਐ ਪਰ ਤੁਸੀਂ ਡਿਗਰੀ ਦੀ ਕੰਟਰੋਵਰਸੀ ਬਣਾਇਸ ਕਰਕੇ ਰਹੋ ਤੁਸੀਂ ਹੋਰ ਕੋਈ ਮੁੱਦਾ ਤਾਂ ਹੱਲ ਕਰਨਾ ਨਹੀਂ ਤੁਸੀਂ ਇਹ ਗੱਲ ਨੂੰ ਇਹ ਕਹਿ ਕੇ ਖਤਮ ਕਰਿਆ ਜਾ ਸਕਦਾ ਸੀ ਮੋਦੀ ਸਾਹਿਬ ਨੂੰ ਇਹ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਡਿਗਰੀ ਬਾਰੇ ਹੋਰ ਕੀ ਹੋ ਗਿਆ ਉਲਕੀ ਪਹਾੜ गिर ਗਿਆ ਵੀ ਭਾਈ ਉਹ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਇਹ ਜੇ ਕਰਨ ਦੀ ਕੀ ਲੋੜ ਹੈ ਤੁਸੀਂ ਉਹ ਮੁੱਦਾ ਥਾ ਬਣਾ ਰਹੇ ਹੋ ਕਿਉਂਕਿ ਤੁਹਾਡੇ ਕੋਲ ਅਸਲੀ ਮੁੱਦਿਆਂ ਨੂੰ ਤਾਂ ਤੁਸੀਂ ਤੁਹਾਡੇ ਕੋਲ ਅੱਧੇ ਕੋਲ ਵੀ ਹੱਲ ਨਹੀਂ ਹੈ ਦੂਜਾ ਹੰਟ ਉਹਨੂੰ ਮੈਂ ਕਹਾਂ ਦੇ ਕੇਜੀ ਵਾਲਾ ਤਾਂ ਆ ਗਿਆ ਰਸ ਨੇ ਨਾ ਤੇ ਜਿਹੜਾ ਸੰਵਿਧਾਨ ਚ ਦਿੱਦੀ ਨੂੰ ਪਾਵਰ ਮਿਲੀਆਂ ਸੀ ਉਹ ਵੀ ਖੋ ਕੇ ਜੀ ਨੂੰ ਦੇਤੀਆਂ ਇਹ ਤਾਂ ਬੋਲੀ ਨਹੀਂ ਕੇਜੀ ਵਾਲਾ ਸਾਹਿਬ ਤਾਂ ਬਹੁਤ ਪੜੇ ਲਿਖੇ ਨੇ ਬਹੁਤ ਸਿਆਣੇ ਨੇ ਤੇ ਜਿੱਦ ਮuslimana ਦਾ ਵਢਾਂਗਾ ਕਰਿਆ ਉੱਥੇ ਸ਼ਹੀਨ ਬਾਗ ਆਲਾ ਇਹਨਾਂ ਦੇ ਬਾਅਦ ਤਾਂ ਮੇਲੇ ਤੋਂ ਬੁੱਢੀ ਨਹੀਂ ਉਹਨੇ ਚਾਹ ਫਾਇਰ ਤੱਕ ਨਹੀਂ ਦਰਜ ਹੋਇਆ ਨਾਲੇ ਮਾਰਤੇ ਸਖਤਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ ਨਾਲੇ ਉਹਨਾਂ ਤੇ ਕੇਸ ਕਰਤੇ ਇਹ ਤਾਂ ਬੁੱਢੀ ਨਹੀਂ ਸੋ ਇਸ ਕਰਕੇ ਇਹ ਪ੍ਰੀਖਿਆ ਛੱਡਦੀ ਏ ਇਹਨਾਂ ਦਾ ਇਹ ਕਹਿਣਾ ਵੀ ਇਸ ਵਿੱਚ ਕੋਈ ਸ਼ੱਕ ਨਹੀਂ ਸਿੱਖਿਆ ਤੇ ਸਿਹਤ ਤੇ ਪੈਸਾ ਵੀ ਜ਼ਿਆਦਾ ਖਰਚਣਾ ਚਾਹੀਦਾ ਸਿੱਖਿਆ ਤੇ ਸਿਹਤ ਲੋਕਾਂ ਨੂੰ ਮੁਫਤ ਮਿਲਣੀ ਚਾਹੀਦੀ ਹੈ ਤੇ ਸਟੇਟ ਸਭ ਤੋਂ ਜ਼ਿਆਦਾ ਉਹੀ ਤਰੱਕੀ ਕਰੇਗੀ ਆ ਪੰਜਾਬ ਦਾ ਬਜਟ ਕਿਸੇ ਜ਼ਮਾਨੇ 'ਚ 34% ਹੁੰਦਾ ਸੀ ਸਿੱਖਿਆ ਦਾ ਜਿਹੜਾ ਕਿ ਅੱਜ 13-14% ਰਹਿ ਗਿਆ ਪਰ ਉਹ ਕਿਹਨਾਂ ਚੋਂ ਨਾ ਵੀ ਵੇਸਟ ਕਰਿਆ ਜਾ ਰਿਹਾ 54000 ਰੁਪਿਆ ਪ੍ਰਤੀ ਬੱਚਾ ਖਰਚ ਕੇ ਅਸੀਂ ਪੜਾਤਾ ਰਹੇ ਨਹੀਂ ਹੁਣ ਸਕੂਲਾਂ 'ਚ ਕੋਈ ਅਨਪੜਤਾ ਨਹੀਂ ਨਾ ਪੜਾ ਰਿਹਾ ਜੇ ਸਕੂਲਾਂ 'ਚ 8ਵੀਂ ਦੇ ਬੱਚਿਆਂ ਨੂੰ 55% 55% ਨੂੰ 319 ਨੂੰ ਚਾਰ ਦੇ ਤਕਸੀਮ ਨਹੀਂ ਕਰਨੀ ਆਉਂਦੀ ਉੱਥੇ ਕੋਈ ਅਨਪੜਤਾ ਨਹੀਂ ਪੜਾ ਰਿਹਾ ਉੱਥੇ ਵੱਡੇ ਵੱਡੇ ਡਿਗਰੀਆਂ ਵਾਲੇ ਪੜਾ ਰਹੇ ਨੇ ਉਸੇ ਕੋਈ ਮੁਫਤ ਨਹੀਂ ਪੜਾ ਰਿਹਾ ਅੱਡਾ ਥੱਪਾ ਨੋਟਾਂ ਦਾ ਲੈ ਕੇ ਜਾਂਦੇ ਨੇ ਡ ਪੱਕੀਆਂ ਪੈਨਸ਼ਨਾਂ ਮਿਲਣੀਆਂ ਨੇ ਫਿਰ ਉਹ ਕੀ ਕਹਿ ਕਾਫਰੀ ਕਰਦੇ ਨੇ ਆ ਹਸਪਤਾਲਾਂ ਚ ਜੋ ਹਾਲ ਹੁੰਦਾ ਉੱਚ ਚਾਨਪੜ ਡਾਕਟਰ ਨਹੀਂ ਨਾ ਬੈਠੇ ਡਾਕਟਰ ਕੋਈ ਆਣ ਪੜ ਨਹੀਂ ਆ ਸੋ ਇਸ ਕਰਕੇ ਆਪਾਂ ਪੜੇ ਲਿਖੇ ਚਾਨਪੜ ਨੂੰ ਇਹ ਗੱਲ ਛੱਡੀ ਪੜੇ ਲਿਖੇ ਦਾ ਜਿਹੜਾ ਉਹਨਾਂ ਦਾ ਕਸਬ ਹੈ ਜਿਹੜੀ ਗੱਲ ਦੀ ਉਹਨਾਂ ਨੇ ਟ੍ਰੇਨਿੰਗ ਦੇ ਤੋ ਉਹਦੇ ਵਿੱਚ ਵੀ ਕਾਮਯਾਬ ਨਹੀਂ ਹੈਗੇ ਸੋ ਪ੍ਰਧਾਨ ਮੰਤਰੀ ਦੀ ਡਿਗਰੀ ਚ ਇਹ ਕਹਣਾ ਸਿੱਖਿਆ ਦੇ ਬਾਰੇ ਹੁਣ ਇਹ ਸਿੱਖਿਆ ਦੇ ਬਾਰੇ ਕੀ ਕਹਿੰਦੇ ਅਸੀਂ ਜੇ ਸਕੂਲ ਸੋਨਾ ਬਣਾਤਾ ਤੁਹਾਡੇ ਖਿਆਲ ਮੈਂ ਨਹੀਂ ਕਹਿੰਦਾ ਵੀ ਸਕੂਲ ਸੋਨਾ ਨਾ ਹੋਵੇ ਇਹ ਤਾਂ ਮਤਲਬ ਨਹੀਂ ਹੈ ਤੁਹਾਡੇ خیال ਚ ਸਕੂਲ ਸੋਨਾ ਹੋਵੇ ਤੁਹਾਨੂੰ ਇੱਕ ਬਰਤਨ ਸੋਨੇ ਦੇ ਵਿੱਚ ਸੋਨੇ ਦੇ ਬਰਤਨ ਦੇ ਵਿੱਚ ਜ਼ਹਿਰ ਪਾ ਕੇ ਕੋਈ ਖਿਲਾਵੇ ਉਹ ਠੀਕ ਹੈ ਜਾਂ ਲੋਹੇ ਦੇ ਬਰਤਨ ਦੇ ਵਿੱਚ ਤੁਹਾਨੂੰ ਕੋਈ ਖੀਰ ਪਾ ਕੇ ਖਿਲਾਏ ਤਾਂ ਜਾਂ ਤੁਹਾਨੂੰ ਕਿਹੜੀ ਚੰਗੀ ਲੱਗੂ ਤੁਹਾਨੂੰ ਕਿਹੜੀ ਜ਼ਿਆਦਾ ਠੀਕ ਹੈ ਸੋ ਸਕੂਲ ਨੂੰ ਨਿਸ਼ਕਾ ਪੁਸ਼ਕਾ ਕੇ ਬੈਂਕ ਬਣਾ ਕੇ ਪੜਾਈ ਉੱਥੇ ਹੋਣੀ ਨਹੀਂ ਸਕੂਲ ਤੇ ਬੰਦਾ ਪੜਨ ਜਾਂਦਾ ਹੈ। ਹਸਪਤਾਲ ਤੇ ਬੰਦਾ ਇਲਾਜ ਕਰਾਉਣ ਜਾਂਦਾ ਹੈ। ਬੱਸ 'ਚ ਬੰਦਾ ਆਪਦੇ ਉਸਤੇ ਜਿਹੜਾ ਪੁਆਇੰਟ ਯਾਤਰਾ ਦਾ ਹੈ ਜਿੱਥੇ ਪਹੁੰਚਣਾ ਚਾਹੁੰਦਾ ਹੈ ਆਪਦੇ ਉਸਤੇ ਪਹੁੰਚਣਾ ਚਾਹੁੰਦਾ ਹੈ। ਜੇ ਉਹ ਬੱਸੀ ਨਹੀਂ ਚੰਦਣੀ ਨਹੀਂ, ਸੋਹਣਾ ਟਿਕਟ ਹੋਵੇ, ਬੱਸ ਦਾ ਰੰਗ ਬੜਾ ਸੋਹਣਾ ਹੋਵੇ, ਏਸੀ ਬੱਸ ਹੋਵੇ ਪਰ ਬੱਸ ਚੱਲੀ ਨਾ, ਰਸਤੇ 'ਚ ਰੁੱਕ ਕੇ ਖਾਜੇ, ਫਿਰ ਉਹ ਜੀ ਬੱਸ ਤੱਕੀ ਨਾ। ਪੱਠ ਸੋਣਾ ਐਵੇਂ ਨਹੀਂ ਕਿਹਾ। ਇਹਨਾਂ ਦੇ ਵੀ ਨਹੀਂ ਆਂਦਾ। ਅਨਪੜ੍ਹ ਨੇ ਕਹਤਾ ਪੱਠ ਸੋਣਾ ਜਿਹੜਾ ਕੰਨਾਂ ਨੂੰ ਖਾਵੇ। ਇਹ ਜੀ ਸੋਨਾ ਆਲ ਦੈਟ ਗਲਿਟਰ ਇਸ ਨਾਟ ਗੋਲਡ ਇਹ ਅੰਗਰੇਜ਼ੀ ਚ ਕਹਾਣ ਹੈ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਹ ਬਨਾਈਆ ਲੋਕਾਂ ਨੇ ਪਰ ਐ ਨਹੀਂ ਹਰ ਚਮਕਦੀ ਜੀ ਐਨਾ ਐਨਾ ਵੀ ਨਹੀਂ ਆਲ ਦੈਟ ਗਲਿਟਰ ਇਸ ਨਾਟ ਗੋਲਡ ਦਾ ਮਤਲਬ ਇਹ ਹੈ ਵੀ ਜਿਹੜੀ ਸੋਨੇ ਵਰਗੀ ਭਾਅ ਮਾਰਨ ਵਾਲੀ ਹਰ ਚੀਜ਼ ਐ ਨਹੀਂ ਉਹ ਚਮਕਦੀ ਕਦੀ ਚਮਕਦੀਆਂ ਤਾਂ ਹੋਰ ਚੀਜ਼ਾਂ ਬਥੇਰੀਆਂ ਨੇ ਸੋਨੇ ਵਰਗੀ ਭਾਅ ਮਾਰਦੀ ਹਰ ਚੀਜ਼ ਸੋਨਾ ਨਹੀਂ ਹੁੰਦੀ ਇਦਾਂ ਹੀ ਹਰ ਪੜਿਆ ਲਿਖਿਆ ਬੰਦਾ ਸੋਨਾ ਨਹੀਂ ਹੁੰਦਾ ਪੜਿਆ ਲਿਖਿਆ ਬੰਦਾ ਉਹੀ ਹੈ ਜਿਹੜਾ ਸੋਨਾ ਨਹੀਂ ਹੈ ਜਿਹੜਾ ਪਾਰਸ ਹੈ ਪੜਿਆ ਲਿਖਿਆ ਪਾਰਸ ਹੁੰਦਾ ਉਹ ਸੋਨਾ ਪੈਦਾ ਕਰਦਾ ਹੈ ਪਿੱਡੀ ਗੱਲ ਤਾਂ ਇਹਨਾਂ ਦਾ ਡਿਫਾਈਨ ਹੀ ਇੱਥੇ ਆ ਗਿਆ ਵੀ ਅਸੀਂ ਪਾਰਸ ਨਹੀਂ ਦੀ ਪੜਿਆ ਲਿਖਿਆ ਹੁਣ ਆਪਦੇ ਆਪ ਨੂੰ ਪਾਰਸ ਨਹੀਂ ਸਮਝਦੇ ਬਹੁਤ ਘੱਟ ਬੰਦੇ ਨੇ ਜਿੰਨਾਂ ਤੋਂ ਲੋਕ ਬੜੇ ਪ੍ਰਭਾਵਿਤ ਹੋ ਕੇ ਅੱਗੇ ਜਾਂਦੇ ਤਾਂ ਮੇਰੀ ਬੇਨਤੀ ਸਿਰਫ ਆਪਾਂ ਇਸ ਗੱਲ ਨੂੰ ਲੰਬਾ ਨਾ ਕਰੀਏ ਇੰਨੀ ਹੀ ਹੈ ਵੀ ਪ੍ਰਾਈਮਰੀ ਡਿਗਰੀ ਤੇ ਜਾਣ ਬੁਝ ਕੇ ਕਰਿਆ ਜਾ ਰਿਹਾ ਹੈ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ ਹੁਣ ਵੀ ਇਹ ਗੱਲ ਨੂੰ ਖਤਮ ਕਰ ਸਕਦੇ ਨੇ ਕਹਿ ਕੇ ਵੀ ਚਲੋ ਯਾਰ ਡਿਗਰੀ ਦੀ ਤੁਸੀਂ ਕੀ ਨਾ ਨਾ ਬਾਅਦ ਚੱਪਾ ਕਰੇ ਕਰ ਲਾਂਗੇ ਮੇਰੀ ਗਲਤੀ ਹੋਈ ਨਾ ਹੋਈ ਮੈਨੂੰ ਜਿਹੜੀ ਸਜ਼ਾ ਦੇਣੀ ਹੈ ਦੇ ਦਿਓ ਪਰ ਇਹ ਗੱਲ ਹੈ ਇਹ ਮੈਂ ਕਹਨ ਨੂੰ ਚਾਰਾਂ ਇੱਥੇ ਕਿਸੇ ਨੇ ਕਿਹਾ ਸੀ ਇੱਕ ਵਾਰੀ ਵੀ ਮੁਰੂਕਾ ਸਾਹਿਬ ਜੀ ਤਾਂ ਪੜੇ ਹੋਏ ਨਹੀਂ ਇਹਨਾਂ ਨੂੰ ਸਿੱਖਿਆ ਮੰਤਰੀ ਬਣਾਤਾ ਮੈਂ ਕਿਹਾ ਉਹਨਾਂ ਨੇ ਸਕੂਲ ਚ ਜਾ ਕੇ ਪੜਾਣਾ ਤੇ ਪੜੇ ਲਿਖਾ ਲਾਤਾ ਮੰਨ ਲਓ ਪੜੇ ਲਿਖਾ ਕੋਈ ਫਿਜ਼ਿਕਸ ਦਾ ਲਾਤਾ ਕੋਈ ਕੈਮਿਸਟਰੀ ਆ ਲਾਤਾ ਤੇ ਫਿਰ ਉਹ ਪੰਜਾਬੀ ਕਿਵੇਂ ਭਾਊਗਾ ਮਰ ਤੁਸੀਂ ਕਹਿੰਦੇ ਪੜਿਆ ਲਿਖਿਆ ਲਾਤਾ ਉਹਨੂੰ ਸਮਝ ਹੋਊਗੀ ਪੰਜਾਬੀਆ ਲਾ ਲਾਤਾ ਉਹਨੂੰ ਕੀ ਬਦਲ ਸਾਇੰਸ ਕਿਦਾਂ ਦੀ ਆਂਦਰ ਬੜੀ ਨਹੀਂ ਕਰੇ ਫਿਰ ਸਾਇੰਸ ਆ ਲਾ ਦਾ ਵੀ ਚਾਹੀਦਾ ਸੋ ਇਹੋ ਜਿਹੇ ਜਿਹੜਿਆ ਅਸੀਂ ਮੈਂ ਹਰਾਨ ਆ ਵੀ ਪੜੇ ਲਿਖੇ ਹੋ ਜਾਂਦੇ ਦਿਲੰਦੰਦੇ ਨੇ ਯੂਨੀਵਰਸਿਟੀ ਦਾ ਬਾਈ ਚਾਂਸਰ ਰਜਿਸਟਰ ਦਾ ਇੱਕ ਇੱਕ ਬੰਦਾ ਹੀ ਲੱਗੂਗਾ ਪਰ ਉੱਥੇ ਤਾਂ 50 ਸਬਜੈਕਟ ਨੇ ਮੈਡੀਕਲ ਕਾਲਪ੍ਰਿੰਸੀਪਲ ਤਾਂ ਇੱਕੋ ਹੀ ਹੋਊਗਾ ਮੈਡੀਕਲ ਸੁਪਰਡੈਂਟ ਤਾਂ ਇੱਕੋ ਹੀ ਹੋਊਗਾ ਹੋ ਸਕਦਾ ਉਹ ਵਿਚਾਰਾ ਹੋਵੇ ਮੁਰਦਾ ਨੂੰ ਦੇਵਤੇ ਸਖਾਣ ਵਾਲਾ ਸ਼ੁਰੂ ਦਾ ਤੇ ਉਹਨਾਂ ਤਾਂ ਸਰਜਰੀ ਕਰਦਣੀ ਨਹੀਂ ਨਿਆਣੀ ਫਿਰ ਇਹ ਤਾਂ ਮਤਲਬ ਸਰਜਰੀ ਨਹੀਂ ਹੋਏਗੀ ਉੱਥੇ ਇਹ ਜਿਹੜਾ ਪੜੇ ਲਿਖਿਆ ਲੈਣਾ ਬਹਾਨਾ ਆ ਹੁਣ ਐਮਐਲੈ ਮੈਕਸਿਮ ਪੜੇ ਲਿਖੇ ਨਹੀਂ ਸੀ ਅਸੈਂਬਲੀ ਚ ਪਿਛੀ ਵਾਲੀ ਵੀ ਹੁਣ ਵੀ ਪੜੇ ਲਿਖਾ ਆਪਣਾ ਪਤਾ ਹੀ ਹੈ ਜੋ ਕਹਿਰ ਕਾਫੀ ਕਰਦੇ ਨੇ ਕਿੰਨਾ ਕੁ ਬੋਲਦੇ ਨੇ ਪ੍ਰਗਟ ਸਿੰਘ ਤਾਂ ਪੜੇ ਲਿਖਿਆ ਸੀ ਨਾ ਮੀਤ ਜੇ ਵੀ ਪੜੇ ਲਿਖਿਆ ਸੀ ਹੈ ਕੀ ਮਾਸੋਬੀ ਪੜੇ ਲਿਖੇ ਨੇ ਖੈਰਾ ਸਾਹਿਬ ਵੀ ਪੜੇ ਲਿਖੇ ਨੇ ਜਿਹੜਾ ਬਿਲਡ ਪਾਸ ਹੋਇਆ ਸੀ ਇਹ ਵੀ ਪੰਜਾਬੀ ਜ਼ਰੂਰੀ ਹੈ ਉਸ ਤੋਂ ਬਗੈਰ ਤੁਸੀਂ ਕਰ ਨਹੀਂ ਸਕਦੇ ਉਹ ਬੜੇ ਲਿਖਣ ਕਰੇ ਸੀ ਆ ਹੁਣ ਆ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਲੀਡਰਸ਼ਿਪ ਚ ਪੰਜਾਬੀ ਯੂਨੀਵਰਸਿਟੀ ਪ੍ਰੋਫੈਸਰ ਵਜੋਂ ਮਿਲੇ ਕੁਲਤਾਬ ਸਿੰਘ ਸੰਧਵਾਨ ਜੀ ਨੂੰ ਆਪਣੇ ਸਪੀਕਰ ਸਾਹਿਬ ਨੂੰ ਉੱਥੇ ਪਾਸ ਕਰਾਇਆ ਹੈ ਵੀ 5ਵੀਂ ਤੱਕ ਵਿਦਿਆ ਜਿਹੜੀ ਮਤ ਪਾਸ ਹੱਤੀ ਜਾਵੇ ਇਹ ਕੰਪਲਸਰੀ ਕਾਨੂੰਨ ਬਣਾ ਦਿਓ ਉਹ ਬਣਾ ਵੀ ਦੇਣਗੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਗੈਰਕਾਨੂੰਨੀ ਆ ਇਹ ਗੈਰ ਸੰਵਿਧਾਨਕ ਆ ਔਰ ਗੁਜਰਾਤ ਨੇ ਵੀ ਇਹ ਦੰਦੇ ਕਾਨੂੰਨ ਪਾਸ ਕਰਤਾ ਪਹਿਲਾਂ ਹੀ ਉਹਨਾਂ ਗੁਜਾਰਾ ਚ ਵੀ ਗੁਜਾਰਾ ਤੱਕ ਇਹਨੇ ਗੁਜਾਰਾ ਤਾਂ ਬੜੇ ਬੜੇ ਲਿਖਨੇ ਗੁਜਾਰਾ ਤਾਂ ਬੜੇ ਸਿਆਣੇ ਨੇ ਅਰ ਜਦ ਕਾਨੂੰਨ ਬੰਦ ਆ ਉਹ ਕਾਨੂੰਨ ਪਹਿਲਾਂ ਕੋਈ ਵਿਭਾਗ ਦਾ ਮੁਖੀ ਉਹਦਾ ਡਰਾਫਟ ਵਗੈਰਾ ਬਣਾਉਂਦਾ ਹੈ ਉਹ ਪੜਿਆ ਲਿਖਿਆ ਹੁੰਦਾ ਫਿਰ ਵਿਭਾਗ ਦਾ ਸੈਕਟਰੀ ਕਰਦਾ ਉਹਨੂੰ ਦੇਖਦਾ ਉਹ ਵੀ ਪੜਿਆ ਲਿਖਿਆ ਹੁੰਦਾ ਫਿਰ ਉਹ ਜਿਹੜਾ ਕਾਨੂੰਨ ਜਾਂਦਾ ਹੈ ਉਹਦਾ ਖਰੜਾ ਉਹ ਮੁੱਖ ਸਕੱਤਰ ਕੋਲ ਜਾਂਦਾ ਉਹ ਵੀ ਪੜਿਆ ਲਿਖਿਆ ਹੁੰਦਾ ਫਿਰ ਉਹ ਖਾੜਾ ਜਿਹੜਾ ਕਾਨੂੰਨ ਵਿਭਾਗ ਜਾਂਦਾ ਵੀ ਕਾਨੂੰਨੀ ਤੌਰ ਤੇ ਠੀਕ ਹੈ ਉਹ ਵੀ ਪੜਿਆ ਲਿਖਿਆ ਹੁੰਦਾ ਫਿਰ ਹੋ ਜਾਂਦਾ ਹੈ ਪਰਸਨਲ ਵਿਭਾਗ ਕਹਿੰਦੇ ਨੇ ਉਹ ਵੀ ਦੇਖਦੇ ਨੇ ਵੀ ਇਹਦੇ ਨਾਲ ਕੋਈ ਹੋਰ ਗੜਬੜਤਾ ਨਹੀਂ ਹੋਈ ਬਾਕੀ ਵਿਭਾਗਾਂ 'ਚ ਉਹ ਵੀ ਪੜੇ ਲਿਖੇ ਹੁੰਦੇ ਨੇ ਫਿਰ ਹੋ ਜਾਂਦਾ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਕੋਲੇ ਉਹ ਵੀ ਪੜਿਆ ਲਿਖਿਆ ਹੁੰਦਾ ਫਿਰ ਮੁੱਖ ਮੰਤਰੀ ਉਹਦੀ ਇਜਾਜ਼ਤ ਦਿੰਦਾ ਫਿਰ ਹੋ ਜਾਂਦਾ ਮੰਤਰੀ ਪ੍ਰੀਸ਼ਦ ਕੈਬਨਟ 'ਚ ਕੈਬਨਟ ਦਾ ਸੈਕਟਰੀ ਜਿਹੜਾ ਚੀਫ ਸੈਕਟਰੀ ਹੁੰਦਾ ਉਹ ਵੀ ਪੜਿਆ ਲਿਖਿਆ ਹੁੰਦਾ ਫਿਰ ਕੈਬਨਟ ਤੋਂ ਬਾਅਦ ਉਹ ਵਿਧਾਨ ਸਭਾ ਜਾਂਦਾ ਜਿਹੜਾ ਵਿਧਾਨ ਸਭਾ ਦਾ ਸੈਕਟਰੀ ਉਹ ਵੀ ਪੜਿਆ ਲਿਖਿਆ ਹੁੰਦਾ ਤੁਸੀਂ ਦੱਸੋ ਜਿਹੜੇ ਇੰਨੇ ਪੜੇ ਲਿਖਿਆ ਨੇ ਕਰਿਆ ਉਹ ਤਾਂ ਸਾਰੇ ਕਾਨੂੰਨ ਗਲਤ ਬਣੇ ਜਾ ਤੋ ਇਹ ਆਪਾਂ ਚਾਹੀਦਾ ਕੀ ਹੈ ਆਖਰੀ ਗੱਲ ਮੈਂ ਕਹਿ ਕੇ ਆਪਣੀ ਗੱਲ ਖਤਮ ਕਰਨ ਲੱਗਿਆ ਕਿ ਬੰਦੇ ਸਿਆਣੇ ਹੋਣੇ ਚਾਹੀਦੇ ਨੇ ਬੰਦੇ ਪਾਰਦਰਸ਼ੀ ਹੋਣੇ ਚਾਹੀਦੇ ਨੇ ਇਨਸਾਫ ਪਸੰਦ ਹੋਣੇ ਚਾਹੀਦੇ ਨੇ ਬਹਾਨੇ ਲਾਉਣ ਦੀ ਬਜਾਏ ਕਰਮਸ਼ੀਲ ਹੋਣੇ ਚਾਹੀਦੇ ਨੇ ਤਰਕ ਦੀ ਬਜਾਏ ਤਰਕ ਹੋਣਾ ਚਾਹੀਦਾ ਪਰ ਕੱਡੇ ਤਰਕ ਦੇ ਉੱਤੇ ਨਾ ਖੜੇ ਰਹਿਣਾ ਉਹ ਕਰਤਵਜਾ ਦੇ ਵਿੱਚ ਯਕੀਨ ਰੱਖਣਾ ਤਰਕ ਦੇਣਾ ਬਹੁਤ ਸੌਖਾ ਹੈ ਤਰਕ ਜੋ ਮਰਜੀ ਤਰਕ ਦੇ ਦਿਓ ਜੇ ਕਹਦੇ ਉਹ ਤੁਹਾਡਾ ਨੱਕ ਜੇ ਪਿੱਛੇ ਹੁੰਦਾ ਸਾਫ਼ ਕਿਵੇਂ ਕਰਦੇ ਦਿਈ ਦਿਓ ਤਰਕ ਕੋਈ ਕੋਈ ਇੱਧਰ ਵੀ ਹੱਥ ਲਾ ਜਾਂਦੇ ਕੋਈ ਕੋਈ ਇੱਧਰ ਵੀ ਲਿਆ ਜਾਂਦੇ ਕੋਈ ਕੋਈ ਪਿੱਛੇ ਕੁਝ ਡਟਕਾ ਦਿੰਦੇ ਕੋਈ 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 ਟੈਕਨੋਲੋਜੀ ਡਿਵਰਬ ਕਰ ਲੈਂਦੇ ਜਾਨੀ ਕਿ ਤੁਸੀਂ ਬੈਸ ਕਰੀ ਜਾਓ ਕੋਈ ਖਾਸ ਕਿੰਨੀ ਪੈਣਾ ਸੋ ਇਸ ਕਰਕੇ ਅੱਜ ਲੋੜ ਇਸ ਦੀ ਹੈ ਅੱਜ ਸਾਨੂੰ ਕਰਤਵਿਧਿਆ ਦੀ ਲੋੜ ਹੈ ਅੱਜ ਸਾਨੂੰ ਕਰਤਾ ਬਣਵਾਉਣ ਦੀ ਲੋੜ ਹੈ ਔਰ ਸਾਡੀ ਆਜ਼ਾਦੀ ਜਿਹੜੀ ਆਈ ਹੈ ਔਰ ਜਿੰਨਾ ਇਤਿਹਾਸ ਦੁਨੀਆ ਦਾ ਡਿਵੈਲਪ ਹੋਇਆ ਵਿਕਸਿਤ ਹੋਇਆ ਉੱਥੇ ਕਰਤਵਿਧਿਆਦਾਨ ਨੇ ਡਿਵੈਲਪ ਕਰਿਆ ਕੱਲੀ ਤਰਕਾਦਾਨ ਨੇ ਕਦੀ ਵੀ ਨਹੀਂ ਕਰਿਆ ਪਰ ਕਰਤਾ ਦੇ ਨਾਲ ਤਰਕ ਜ਼ਰੂਰ ਕਰਦੇ ਨੇ ਇੱਕ ਲਾਸਟ ਬਰਡ ਮੈਂ ਕਹਿੰਨਾ ਜੋ ਮੈਂ ਸਿੱਖਿਆ ਬਚਪਨ ਤੀਜੀ ਚੌਥੀ ਜਿ ਪੜਦੇ ਸਤ ਸੰਗ ਦੋ ਘੜੀਆਂ ਕੋਈ ਕਰਦੇ ਕਰਮਾ ਵਾਲੇ ਇਹ ਭਾਜੀ ਤਾਂ ਬਣਾਉਂਦੇ ਨੇ ਵੀ ਕਿਸੇ ਦੇ ਕਰਮ ਚੰਗੇ ਹੋਣਗੇ ਉਹ ਸਤ ਸੰਗ ਕਰਦੇ ਨੇ ਢੋਡਗੀ ਖੜਕਾਉਂਦੇ ਨਹੀਂ ਇਹਦਾ ਮਤਲਬ ਹੈ ਜਿਨੇ ਕੋਈ ਕੰਮ ਕਰਨਾ ਹੈ ਉਹੋ ਦੋ ਘੜੀਆਂ ਰਾਏ ਕਰਦੇ ਨੇ ਆਪਸੇ ਚਾਹੇ ਨਹੀਂ ਵੀ ਸਾਰਾ ਦਿਨ ਤਰਕੀ ਕਰੀ ਜਾਓ ਸਲਾਹ ਕਰਦੇ ਨੇ ਸਲਾਹ ਕਰਕੇ ਫਿਰ ਉਹ ਕੰਮ ਆਪਦਾ ਕਰਦੇ ਨੇ ਕਿਉਂਕਿ ਉਹਨਾਂ ਨੇ ਕੰਮ ਕਰਨਾ ਹੈ ਇਸ ਕਰਕੇ ਉਹ ਸਲਾਹ ਕਰਦੇ ਨੇ ਐਸੀ ਕਰਕੇ ਕੀ ਆਇਆ ਪਏ ਕਤਲ ਮਿਰਨ ਦੇ ਪਾਹੀ ਦੋ ਦਾ ਦੌਰ ਕਰੋ ਦੇ ਲਾਏ ਹਰ ਨਾਮੇ ਕੇ ਤੁਮ ਹੋ ਜੋੜੀ ਗੁਰਮੁਖ ਬੈਠੋ ਸਭਾ ਬਚਾਏ ਸ਼ੁਕਰੀਆ ਡਾਕਟਰ ਸਾਹਿਬ ਜੀ